ਤਾਂ 1952 ਦੇ ਵਿੱਚ ਜਦੋਂ ਪਹਿਲੀ ਇਲੈਕਸ਼ਨ ਹੋਈ 219 ਸੀਟਾਂ ਲੋਕ ਸਭਾ ਦੀਆਂ ਸੀ ਤਾਂ ਇਸ ਦੌਰਾਨ 16 ਲੇਡੀ ਐਮ ਪੀ ਸੀਗੇ। ਉਦੋਂ ਔਰਤ ਨੂੰ ਬਣਦਾ ਸਤਿਕਾਰ ਦਿੱਤਾ ਹੀ ਨਹੀਂ ਜਾ ਰਿਹਾ, ਉਸਨੂੰ ਸਰਪੰਚ 'ਤੇ ਚੁਣ ਲਿਆ ਜਾਂਦਾ ਪਰ ਸਰਪੰਚ ਉਸਦਾ ਪੁੱਤ ਜਾਂ ਪਤੀ ਕਰਦਾ। ਟਵਾਣਾ ਜੀ, ਔਰਤਾਂ ਦੀ ਗੱਲ ਇਹ ਆ ਵੀ 10 ਸਾਲਾਂ ਦੇ ਵਿੱਚ ਜਦੋਂ ਅਕਾਲੀਆਂ ਦਾ ਰਾਜ ਸੀ ਨਾ, ਇਹਨਾਂ ਦੇ ਸਰਪੰਚਾਂ ਨੇ ਚਪੇੜਾਂ ਮਾਰੀਆਂ ਕੁੜੀਆਂ ਦੇ, ਮਲੂਕੇ ਨੇ ਗੁੱਤਾਂ ਫੜ ਫੜ ਕੇ ਪੱਟੀਆਂ ਸਿਰਾਂ ਤੋਂ ਚੁੰਨੀਆਂ ਲਾਈਆਂ, ਜਿੰਨਾ ਔਰਤ ਦਾ ਨੀਵਾਂਪਣ ਦਿਖਾ ਲਿਆ ਅਕਾਲੀ ਸਰਕਾਰ ਵੇਲੇ 10 ਸਾਲਾਂ ਚ। ਬੀਬੀ ਸਿਮਰਜੀਤ ਆਪਣੇ ਸਿਮਰਜੀਤ ਕੌਰ ਬਾਦਲ ਉਹ ਨੰਨੀ ਛਾਂ ਬਣ ਬਣ ਕੇ ਤਾਂ ਕਰਦੀ ਰਹੀ, ਉਹਨੇ ਇਸ ਗੱਲ ਦਾ ਕਦੀ ਵਿਰੋਧ ਨਹੀਂ ਕੀਤਾ ਵੀ ਮਲੂਕਾ ਕਿੱਦਾਂ ਚਪੇੜਾ ਮਾਰਦਾ ਕੁੜੀਆਂ ਦੇ, ਉਹਨਾਂ ਦੇ ਸਰਪੰਚ ਕਿੱਦਾਂ ਤੋਤੀ ਸਰਪੰਚ। ਉਂਗਲ ਤੇ ਸਾਰਿਆਂ ਦੀ ਵੱਡੀ ਹੁੰਦੀ ਹੈ ਪਰ ਕਿਤੇ ਨਾ ਕਿਤੇ ਔਰਤ ਹੌਲੀ ਹੌਲੀ ਭੇਤ ਪਾ ਜਾਂਦੀ ਹੈ। ਵੈਸੇ ਵੀ ਜਿਨ੍ਹਾਂ ਦੇ ਦੋ ਦੋ ਵਿਆਹ ਹੋਏ ਨੇ ਮੋਤੀਚੂਰ ਦੇ ਲੱਡੂਆਂ ਦੇ ਬਾਰੇ ਮੈਂ ਤਜਰਬਾ ਮੇਰਾ ਆਪਣਾ ਤਾਂ ਨਹੀਂ ਦੱਸਦਿਆਂ, ਕਹਿੰਦੇ ਬੰਦਾ ਆਪਣੀ ਦੂਜੀ ਘਰਵਾਲੀ ਤੋਂ ਬਹੁਤ ਡਰਦਾ ਅਤੇ ਘਰਵਾਲੀ ਆਪਣੇ ਪਹਿਲੇ ਪਤੀ ਤੋਂ ਹਮੇਸ਼ ਡਰਦੀ ਹੈ। ਕੁਛ ਰੌਚਕ ਫੈਕਟ ਇੱਦਾਂ ਦੇ ਵੀ ਹੁੰਦੇ ਨੇ। ਗੱਲ ਪਤਾ ਕੀ ਆ, ਜਿਹੜਾ ਸਾਡੇ ਪੰਜਾਬ ਦੀ ਰਾਜਨੀਤੀ ਹੈ ਨਾ, ਇਹ ਕੋਈ ਥੋੜੀ ਜਿਹੀ ਐਸੀ ਹੈ ਕਿ ਜਿਸ ਤਰ੍ਹਾਂ ਮਤਲਬ ਪੰਜਾਬ ਵਿੱਚ ਲੁੱਟ ਕਸੁੱਟ, ਹੇਰਾ ਫੇਰੀ, ਚੋਰ ਬਜ਼ਾਰੀ, ਮਕਾਰੀ, ਧੱਕੇਸ਼ਾਹੀ ਦੀ ਰਾਜਨੀਤੀ ਆ। ਕੋਈ ਮਤਲਬ ਇਹ ਨੀ ਹੈਗਾ ਕਿ ਇਮਾਨਦਾਰੀ ਜਾਂ ਬਿਲਕੁਲ ਸਹੀ ਤਰੀਕੇ ਦੀ ਰਾਜਨੀਤੀ ਚੱਲਦੀ, ਫਿਰ ਧੱਕਾ ਚੱਲਦਾ ਜੀ। ਜਿਹੜਾ ਬੰਦਾ ਧੱਕੇ ਵਾਲਾ ਹੁਣ, ਜਿੱਦਾਂ ਆਮ ਆਦਮੀ ਪਾਰਟੀ ਵਾਲੇ ਲੈ ਲਓ, ਇਹ ਮਤਲਬ ਕਿ ਉੱਠੂਗੇ ਕਿੱਦਾਂ, ਇੱਕ ਬੰਦਾ ਕੋਈ ਚੱਕਰ ਤੇ ਫਸ ਜਾਂਦਾ, ਦੂਸਰਾ ਬੋਲਦਾ ਹੀ ਕੋਈ ਨੀ। ਹੈਲੋ ਗਲੋਬਲ ਪੰਜਾਬ ਪ੍ਰੋਗਰਾਮ ਦੇ ਦਾਨਿਸ਼ਵਾਨ ਦਰਸ਼ਕਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ, ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਅਦਾਬ। ਗਲੋਬਲ ਪੰਜਾਬ ਟੈਲੀਵਿਜ਼ਨ ਅਮੈਰੀਕਾ ਚੈਨਲ, ਪੰਜਾਬੀ ਟੀ ਵੀ ਕੈਨੇਡਾ ਅਤੇ ਇੰਡੀਆ ਦੇ ਵਿੱਚ ਇਸ ਵਕਤ ਏਅਰਟੈੱਲ ਡਿਸ਼ 'ਤੇ ਚੈਨਲ ਨੰਬਰ 565 ਦੇ ਜ਼ਰੀਏ ਆਪ ਜੀ ਇਸ ਪ੍ਰੋਗਰਾਮ ਦੇ ਨਾਲ ਜੁੜੇ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਸਾਡਾ ਪਟਿਆਲਾ ਸਟੂਡੀਓ ਦਾ ਨੰਬਰ ਹੈ 01705150156, ਅਮੈਰੀਕਾ ਦਾ ਨੰਬਰ ਹੈ 201-301-2785। ਇਹ ਪ੍ਰੋਗਰਾਮ ਭਾਰਤੀ ਸਮੇਂ ਮੁਤਾਬਕ ਮੰਗਲਵਾਰ ਤੋਂ ਸ਼ਨੀਵਾਰ ਤੱਕ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਹੁੰਦਾ ਅਤੇ ਅਗਲੇ ਹਫ਼ਤੇ ਇਹ 6 ਤੋਂ 7 ਵਜੇ ਜਾਣੀ ਕਿ 1 ਘੰਟਾ ਹੋਰ ਸਵਖਤੇ ਭਾਰਤੀ ਸਮੇਂ ਮੁਤਾਬਕ ਸਮਾਂ ਤਬਦੀਲ ਹੋ ਜਾਣਾ, ਕਿਉਂਕਿ ਅਮੈਰੀਕਾ ਅਤੇ ਕੈਨੇਡਾ ਦਾ ਸਮਾਂ ਬਦਲਦਾ, ਭਾਰਤ ਦਾ ਸਮਾਂ ਨਹੀਂ ਬਦਲਦਾ। ਭਾਰਤ ਦੇ ਵਿੱਚ ਵੀ ਸਨਸੈੱਟ ਦੇ ਮੁਤਾਬਕ, ਸੂਰਜ ਦੇ ਛਪਾ ਚੜ੍ਹਾਅ ਦੇ ਮੁਤਾਬਕ ਕਹਿੰਦੇ ਜੇ ਕੋਸ਼ਿਸ਼ ਕੀਤੀ ਜਾਵੇ ਤਾਂ 1,000 ਕਰੋੜ ਰੁਪਈਆ ਬਚ ਸਕਦਾ ਅਗਰ ਟਾਈਮ ਚੇਂਜ ਹੋਵੇ। ਜਿਸ ਤਰ੍ਹਾਂ ਅਮੈਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਟਾਈਮ ਚੇਂਜ ਹੁੰਦਾ ਹੈ ਦਿਨ ਦੇ ਚੜ੍ਹਾਅ ਛਪਾ ਦੇ ਮੁਤਾਬਕ। ਦੁਨੀਆ ਦੇ ਵਿੱਚ ਵੱਖ ਵੱਖ ਮਾਮਲਿਆਂ ਨੂੰ ਲੈ ਕੇ ਵੱਖ ਵੱਖ ਦਿਨ, ਤਿਉਹਾਰ, ਦਿਹਾੜੇ ਮਨਾਏ ਜਾਂਦੇ ਨੇ। 8 ਮਾਰਚ ਦਾ ਦਿਨ ਕੌਮਾਂਤਰੀ ਮਹਿਲਾ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ। ਇਸ ਦਿਨ ਪੂਰਾ ਲੇਖਾ ਪੜਚੋਲ ਹੁੰਦਾ ਕਿ ਭਾਰਤ ਜਾਂ ਦੁਨੀਆ ਦੇ ਵਿੱਚ ਔਰਤ ਦੀ ਕੀ ਸਥਿਤੀ ਹੈ। ਇਸ ਮੁਤਾਬਕ ਭਾਰਤ ਦੇ ਵਿੱਚ ਔਰਤ ਦੀ ਕੀ ਦਸ਼ਾ ਅਤੇ ਦਿਸ਼ਾ ਹੈ, ਉਸ ਬਾਰੇ ਤੁਹਾਡੇ ਵਿਚਾਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਾਣਾਂਗੇ। ਧਰਮਾਂ ਨੇ ਔਰਤ ਨੂੰ ਕੀ ਸਤਿਕਾਰ ਦਿੱਤਾ ਹੈ, ਧਰਮਾਂ ਨੇ ਔਰਤ ਨੂੰ ਕਿਸ ਤਰ੍ਹਾਂ ਦਰਕਾਰਿਆ, ਸਿਆਸਤ ਨੇ ਔਰਤ ਨੂੰ ਕੀ ਸਤਿਕਾਰ ਦਿੱਤਾ ਅਤੇ ਸਥਿਤੀ ਔਰਤ ਦੀ ਕੀ ਹੈ। ਚੱਕੀ ਛੁੱਟ ਗਈ, ਚੁੱਲ੍ਹੇ ਨੇ ਛੁੱਟ ਜਾਣਾ ਕਿ ਤੀਵੀਆਂ ਦਾ ਰਾਜ ਆ ਗਿਆ, ਕਦੇ ਕਿਹਾ ਜਾਂਦਾ ਸੀ, ਪਰ ਚੱਕੀ ਚੁੱਲ੍ਹਾ ਛੁੱਟ ਗਏ ਨੇ। ਵੈਸੇ ਵੀ ਜਦੋਂ ਵੱਡੇ ਪੱਧਰ 'ਤੇ ਖਾਣੇ ਬਣਦੇ ਨੇ ਅਤੇ ਖਾਣਾ ਫਿਰ ਮਰਦ ਹੀ ਬਣਾਉਂਦੇ ਨੇ। ਹੋਟਲਾਂ ਦੇ ਵਿੱਚ, ਵੱਡੇ ਫੰਕਸ਼ਨਾਂ ਦੇ ਵਿੱਚ ਵੇਖੋ, ਫਿਰ ਔਰਤਾਂ ਦੇ ਬਸ ਦੀ ਗੱਲ ਖਾਣਾ ਬਣਾਉਣਾ ਵੀ ਨਹੀਂ ਰਹਿੰਦੀ। ਅੱਜ ਮਰਦ ਬੜੇ ਮਾਣ ਦੇ ਨਾਲ ਮਹਿਸੂਸ ਕਰਦਾ ਕਿ ਉਹ ਘਰ ਦਾ ਸਾਰਾ ਰੋਟੀ ਟੁੱਕ ਵੀ ਕਰ ਲੈਂਦਾ। ਕਈ ਤਾਂ ਦੇਖਿਆ ਦਰਸ਼ਕ ਸਰੋਤੇ ਬੜੇ ਫਖਰ ਨਾਲ ਕਹਿੰਦੇ ਨੇ ਜਦੋਂ ਵਾਈਫ ਜੋਬ 'ਤੇ ਗਈ ਹੁੰਦੀ ਹੈ ਉਹ ਘਰ ਦਾ ਕੰਮ ਸਾਂਭ ਲੈਂਦੇ ਨੇ। ਹਾਊਸ ਵਾਈਫ ਹੀ ਨਹੀਂ, ਹਾਊਸ ਬੈਂਡ ਵੀ ਨੇ, ਹਸਬੈਂਡ ਹਾਊਸ ਬੈਂਡ ਵੀ ਨੇ, ਇਹਦੇ 'ਚ ਕੋਈ ਦੋਰਾਵਾਂ ਨਹੀਂ ਹੈ। ਔਰਤ ਦੀ ਜਿਹੜੀ ਸਥਿਤੀ ਹੈ ਉਸ ਬਾਰੇ ਕੁਛ ਅੰਕੜੇ ਤੁਹਾਡੇ ਨਾਲ ਪੇਸ਼ ਕਰਾਂਗਾ ਮੈਂ ਕਿ 66 ਸਾਲ ਹੋ ਗਏ ਨੇ, 66 ਸਾਲਾਂ ਦੇ ਦੌਰਾਨ ਸਥਿਤੀ ਕੀ ਹੈ ਭਾਰਤ ਦੀ, ਰਾਜ ਸਭਾ ਅਤੇ ਲੋਕ ਸਭਾ ਦੇ ਵਿੱਚ ਔਰਤ ਦੀ ਸਥਿਤੀ ਦੇ ਰਾਜ ਸਾਂਝੇ ਕਰੀਏ। ਤਾਂ 1952 ਦੇ ਵਿੱਚ ਜਦੋਂ ਪਹਿਲੀ ਇਲੈਕਸ਼ਨ ਹੋਈ 219 ਸੀਟਾਂ ਲੋਕ ਸਭਾ ਦੀਆਂ ਸੀ ਤਾਂ ਇਸ ਦੌਰਾਨ 16 ਲੇਡੀ ਐਮ ਪੀ ਸੀਗੇ। ਉਦੋਂ ਜਾਣੀ ਕਿ 7.3% ਔਰਤਾਂ ਦੀ ਸ਼ਮੂਲੀਅਤ ਰਾਜ ਸਭਾ ਦੇ ਵਿੱਚ ਸੀ ਅਤੇ 66 ਸਾਲ ਬਾਅਦ 2014 ਦੀ ਇਸ ਲੋਕ ਸਭਾ ਦੇ ਦੌਰਾਨ ਰਾਜ ਸਭਾ ਦੀਆਂ 244 ਸੀਟਾਂ ਦੇ ਵਿੱਚੋਂ 28 ਸੀਟਾਂ 'ਤੇ ਮਹਿਲਾਵਾਂ ਮੌਜੂਦ ਨੇ, ਜਾਣੀ ਕਿ 11.4% ਔਰਤ ਮੈਂਬਰ ਪਾਰਲੀਮੈਂਟ ਨੇ। ਇਸੇ ਤਰ੍ਹਾਂ ਲੋਕ ਸਭਾ ਦੇ ਵਿੱਚ 542 ਮੈਂਬਰਾਂ ਦੇ ਵਿੱਚੋਂ ਔਰਤਾਂ ਦੀ ਜਿਹੜੀ ਸਥਿਤੀ ਹੈ ਉਹ ਇਹ ਹੈ ਕਿ 66 ਮੈਂਬਰ ਪਾਰਲੀਮੈਂਟ ਨੇ,
ਸੋ 1952 ਦੇ ਵਿੱਚ ਜਦੋਂ ਲੋਕ ਸਭਾ ਦੀ ਸ਼ੁਰੂਆਤ ਹੋਈ ਤਾਂ ਉਦੋਂ 22 ਬੀਬੀਆਂ ਸਨ ਲੋਕ ਸਭਾ ਦੇ ਵਿੱਚ, ਅਤੇ ਹੁਣ 22 ਤੋਂ 66 ਹੋ ਗਈਆਂ ਨੇ। ਇਸ ਲੋਕ ਸਭਾ ਦੇ ਦੌਰਾਨ ਜਾਣੀ ਕਿ 12% ਮਹਿਲਾਵਾਂ ਨੇ, ਹਾਲਾਂਕਿ 33% ਰਿਜ਼ਰਵੇਸ਼ਨ ਦੀ ਗੱਲ ਕਰੀ ਜਾਂਦੀ ਹੈ, ਪਰ 33% ਰਿਜ਼ਰਵੇਸ਼ਨ ਦੇਣ ਨੂੰ ਕੋਈ ਵੀ ਪਾਰਟੀ ਤਿਆਰ ਨਹੀਂ ਹੈ। MLAs ਦੇ ਮਾਮਲੇ ਦੇ ਵਿੱਚ ਪੰਜਾਬ ਦੀ ਸਥਿਤੀ ਬਹੁਤ ਬਦਤਰ ਹੈ। ਛੋਟੇ ਛੋਟੇ ਸੂਬੇ, ਉਹ ਸੂਬੇ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਅਰਾਜਕਤਾ ਉੱਥੇ ਬਹੁਤ ਹੈ, ਔਰਤ ਦੀ ਸਥਿਤੀ ਬਹੁਤ ਮਾੜੀ ਹੈ, ਪਛੜੇ ਸੂਬੇ ਨੇ, ਉਹਨਾਂ ਸੂਬਿਆਂ ਦੇ ਵਿੱਚੋਂ ਅਸੀਂ ਪੰਜਾਬੀ ਬਹੁਤ ਪਛੜੇ ਹੋਏ ਹਾਂ ਔਰਤਾਂ ਨੂੰ MLA ਬਣਾਉਣ ਦੇ ਮਾਮਲੇ ਦੇ ਵਿੱਚ। ਮਸਲਨ ਬਿਹਾਰ, ਜਿਹੜਾ ਗੱਲ ਗੱਲ 'ਤੇ ਨਿੰਦਿਆ ਜਾਂਦਾ, ਬਿਹਾਰ ਦੇ ਵਿੱਚ 28 MLA ਨੇ, ਜਾਣੀ ਕਿ ਟੋਟਲ 243 ਵਿਧਾਨ ਸਭਾ ਦੇ ਮੈਂਬਰਾਂ ਦੇ ਵਿੱਚੋਂ 243 MLA ਦੇ ਵਿੱਚੋਂ 28 MLA ਮਹਿਲਾਵਾਂ ਨੇ, ਜਾਣੀ ਕਿ 11.52% ਬਿਹਾਰ ਨਾਲ ਔਰਤਾਂ MLA ਨੇ। ਛੱਤੀਸਗੜ੍ਹ ਦੀ ਸਥਿਤੀ ਭਾਰਤ ਦੇ ਵਿੱਚ ਸਭ ਤੋਂ ਉੱਪਰ ਹੈ, ਹਾਲਾਂਕਿ ਛੱਤੀਸਗੜ੍ਹੀ ਆਪਣੇ ਆਪ ਦੇ ਵਿੱਚ ਗਾਲ ਵੀ ਹੈ। ਅੱਗੇ ਕਿਹਾ ਜਾਂਦਾ ਸੀ ਜਦੋਂ ਇਹ ਸੂਬੇ ਮੱਧ ਪ੍ਰਦੇਸ਼ ਤੋਂ ਵੱਖ ਨਹੀਂ ਸੀ ਹੋਇਆ ਕਿ ਇਹ ਤਾਂ ਛੱਤੀਸਗੜ੍ਹੀ ਹੈ, ਹੁਣ ਇਹ ਸਟੇਟ ਬਣ ਗਿਆ। ਸੋ 90 ਸੀਟਾਂ ਨੇ, 13 MLA ਮਹਿਲਾ ਨੇ, ਅਤੇ 14.44% ਭਾਰਤ ਦੇ ਵਿੱਚੋਂ ਸਭ ਤੋਂ ਜ਼ਿਆਦਾ, ਜਾਣੀ ਕਿ 14.5% ਮਹਿਲਾ MLA ਛੱਤੀਸਗੜ੍ਹ ਦੇ ਵਿੱਚ ਨੇ। ਇਸੇ ਤਰ੍ਹਾਂ ਹਰਿਆਣਾ ਦੇ ਵਿੱਚ ਵੀ 14.44, ਜਾਣੀ ਕਿ 90 ਦੇ ਵਿੱਚੋਂ 13 MLA ਬੀਬੀਆਂ ਨੇ। ਅਤੇ ਇਸ ਦੌਰਾਨ ਖਾਸ ਕਰਕੇ ਜੰਮੂ ਕਸ਼ਮੀਰ ਦੇ ਵਿੱਚ 3%, ਝਾਰਖੰਡ 8%, ਕਰਨਾਟਕ 7%, ਕੇਰਲਾ 8%, ਪੜ੍ਹੇ ਲਿਖੇ ਸੂਬਿਆਂ ਦਾ ਵੀ ਇਹ ਹਾਲ ਆ। ਮੱਧ ਪ੍ਰਦੇਸ਼ ਦੇ ਵਿੱਚ 9.25%, ਮਹਾਰਾਸ਼ਟਰ ਮਰਾਠਿਆਂ ਦੀ ਧਰਤੀ 8.69%, ਮਨੀਪੁਰ ਦੇ ਵਿੱਚ 3%, ਮੇਘਾਲਿਆ ਦੇ ਵਿੱਚ 5%, ਅਤੇ ਆਪਣੇ ਪੰਜਾਬ ਦੀ ਗੱਲ ਕਰੀਓ ਤਾਂ ਪੰਜਾਬ ਦੇ ਵਿੱਚ 117 ਦੇ ਵਿੱਚੋਂ 6 MLA ਬੀਬੀਆਂ ਨੇ, ਜਾਣੀ ਕਿ ਪੰਜਾਬ ਦੇ ਵਿੱਚ 5.12%, 5.25% ਵੀ ਨਹੀਂ, MLA ਦੇ ਅਹੁਦੇ ਬੀਬੀਆਂ ਕੋਲ ਨੇ। ਇਹ ਪੰਜਾਬ ਦੀ ਸਥਿਤੀ ਹੈ ਕਿ ਸਿਆਸਤ ਦੇ ਵਿੱਚ ਜਿਸ ਤਰ੍ਹਾਂ ਕਹਿੰਦੇ ਨੇ ਕਿ ਔਰਤ ਵਿਗੜ ਕੇ ਬਣੇ ਪੰਚਾਇਤ ਮੈਂਬਰ, ਬੰਦਾ ਵਿਗੜ ਕੇ ਬਣੇ ਵਜ਼ੀਰ ਮੀਆਂ। ਸੋ ਜਿਸ ਤਰ੍ਹਾਂ ਸਥਿਤੀ ਹੈ ਕਿ ਧਰਮ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕਿੱਡਾ ਮਾਣ ਦਿੱਤਾ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਨ, ਪਰ ਧਰਮ ਦੇ ਵਿੱਚ ਵੀ ਔਰਤ ਨੂੰ ਓਨਾ ਸਤਿਕਾਰ ਨਹੀਂ ਹੈ। ਅੱਜ ਮਹਿਲਾ ਦਿਵਸ ਦੇ ਮੌਕੇ ਪੜਚੋਲ ਕਰਨੀ ਬਣਦੀ ਹੈ ਕਿ ਔਰਤ ਦੀ ਸਥਿਤੀ ਕੀ ਹੈ, ਕਿਉਂਕਿ ਜਿਸ ਤਰ੍ਹਾਂ 6 MLAs ਨੇ, ਸਿਆਸਤ ਦੇ ਵਿੱਚ ਜਿਹੜੀ ਵੀ ਔਰਤ ਆਉਂਦੀ ਹੈ ਅਸੀਂ ਉਸਦਾ ਓਨਾ ਅਦਬ ਸਤਿਕਾਰ ਨਹੀਂ ਕਰਦੇ, ਇਹਦੇ 'ਚ ਕੋਈ ਦੋਰਾਵਾਂ ਨਹੀਂ ਹੈ। ਹਾਲੀਆ ਆਮ ਆਦਮੀ ਪਾਰਟੀ ਦੀਆਂ 2 MLAs ਦੇ ਹੋਏ ਵਿਆਹ ਦੇ ਦੌਰਾਨ ਕਿਸ ਤਰ੍ਹਾਂ ਦੀਆਂ ਵਾਹਿਆ ਟਿੱਪਣੀਆਂ ਅਸੀਂ ਕੀਤੀਆਂ, ਜਾਂ ਹੋਰ ਜਿਹੜੀਆਂ ਮਹਿਲਾਵਾਂ ਭਾਵੇਂ ਅਕਾਲੀ ਦਲ ਦੀਆਂ ਜਾਂ ਕਾਂਗਰਸ ਦੀਆਂ ਜਾਂ ਹੋਰ ਪਾਰਟੀ ਦੀਆਂ ਸਿਆਸਤ ਦੇ ਵਿੱਚ ਨੇ, ਅਤੇ ਉਹਨਾਂ ਦੇ ਬਾਰੇ ਲੋਕਾਂ ਦੀ ਸੋਚ ਸ਼ਾਇਦ ਸੋਹਣੀ ਨਹੀਂ ਹੈ, ਜਾਂ ਔਰਤ ਨੂੰ ਬਣਦਾ ਸਤਿਕਾਰ ਦਿੱਤਾ ਹੀ ਨਹੀਂ ਜਾ ਰਿਹਾ, ਉਸਨੂੰ ਸਰਪੰਚ 'ਤੇ ਚੁਣ ਲਿਆ ਜਾਂਦਾ ਪਰ ਸਰਪੰਚ ਉਸਦਾ ਪੁੱਤ ਜਾਂ ਪਤੀ ਕਰਦਾ। ਤੁਸੀਂ ਕੀ ਸਮਝਦੇ ਹੋ ਕਿ ਔਰਤ ਦੀ ਸਥਿਤੀ ਪੰਜਾਬ, ਭਾਰਤ ਅਤੇ ਦੁਨੀਆ ਦੇ ਵਿੱਚ ਕੀ ਹੈ? ਸਵਾਗਤ ਜੀ, ਤੁਸੀਂ ਔਨਰ ਹੋ। ਟਵਾਣਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਟਵਾਣਾ ਜੀ, ਔਰਤਾਂ ਦੀ ਗੱਲ ਇਹ ਆ ਵੀ 10 ਸਾਲਾਂ ਦੇ ਵਿੱਚ ਜਦੋਂ ਅਕਾਲੀਆਂ ਦਾ ਰਾਜ ਸੀ ਨਾ, ਇਹਨਾਂ ਦੇ ਸਰਪੰਚਾਂ ਨੇ ਚਪੇੜਾਂ ਮਾਰੀਆਂ ਕੁੜੀਆਂ ਦੇ, ਮਲੂਕੇ ਨੇ ਗੁੱਤਾਂ ਫੜ ਫੜ ਕੇ ਪੱਟੀਆਂ ਸਿਰਾਂ ਤੋਂ ਚੁੰਨੀਆਂ ਲਾਈਆਂ, ਜਿੰਨਾ ਔਰਤ ਦਾ ਨੀਵਾਂਪਣ ਦਿਖਾ ਲਿਆ ਅਕਾਲੀ ਸਰਕਾਰ ਵੇਲੇ 10 ਸਾਲਾਂ ਚ, ਬੀਬੀ ਸਿਮਰਜੀਤ ਆਪਣੇ ਸਿਮਰਜੀਤ ਕੌਰ ਬਾਦਲ ਉਹ ਨੰਨੀ ਛਾਂ ਬਣ ਬਣ ਕੇ ਤਾਂ ਕਰਦੀ ਰਹੀ, ਉਹਨੇ ਇਸ ਗੱਲ ਦਾ ਕਦੀ ਵਿਰੋਧ ਨਹੀਂ ਕੀਤਾ ਵੀ ਮਲੂਕਾ ਕਿੱਦਾਂ ਚਪੇੜਾ ਮਾਰਦਾ ਕੁੜੀਆਂ ਦੇ, ਉਹਨਾਂ ਦੇ ਸਰਪੰਚ ਕਿੱਦਾਂ ਤੋਤੀ ਸਰਪੰਚ ਨੇ ਕਿੱਦਾਂ ਕੁੜੀਆਂ ਚਪੇੜਾ ਮਾਰੀਆਂ। ਗੱਲ ਤੁਹਾਡੀ ਦਰੁਸਤ ਹੈ, ਪਰ ਨਵੀਂ ਆਈ ਆਮ ਆਦਮੀ ਪਾਰਟੀ ਵੀ ਰਾਸ਼ਨ ਕਾਰਡ ਬਣਾਉਣ ਦੇ ਮਾਮਲੇ 'ਚ ਬਹੁਤ ਬਦਨਾਮ ਹੋਈ ਸੀਗੀ ਆਮ ਆਦਮੀ ਪਾਰਟੀ। ਜੇ ਆਮ ਆਦਮੀ ਪਾਰਟੀ 'ਚੋਂ ਨਿਕਲੇ ਖਹਿਰਾ ਧੜੇ ਦੀ ਗੱਲ ਕਰੀ ਤਾਂ ਖਹਿਰਾ ਦੇ ਉੱਤੇ ਵੀ ਇੱਕ ਔਰਤ ਨੂੰ ਅਪਸ਼ਬਦ ਬੋਲਣ ਦਾ ਮਾਨਹਾਨੀ ਦਾ ਮੁਕੱਦਮਾ, ਉਸ ਨੇ ਵੀ ਇੱਕ ਔਰਤ ਨੂੰ ਹਨੀਪ੍ਰੀਤ ਦੇ ਨਾਲ ਤੁਲਨਾ ਦਿੱਤੀ ਸੀ ਜੋ ਅਕਾਲੀ ਦਲ ਦੀ ਆਗੂ ਸੀ। ਸੋ ਬਹੁਤ ਘੱਟ ਲੋਕ ਨੇ ਜਿਹੜੇ ਸਿਆਸੀ ਪਾਰਟੀਆਂ ਨੇ ਮਾਫ਼ ਕਰਨਾ ਜਿਹੜੀਆਂ ਸ਼ਾਇਦ ਇਸ ਤੋਂ ਬਚੀਆਂ ਨੇ, ਨਵੀਆਂ ਪਾਰਟੀਆਂ ਦਾ ਵੀ ਇਹ ਹਾਲ ਹੈ ਅਤੇ ਪੁਰਾਣੀਆਂ, ਕਿਉਂਕਿ ਸਾਡੀ ਫਿਤਰਤ ਤਾਂ ਪੰਜਾਬੀ ਹੈ ਨਾ, ਅਸੀਂ ਔਰਤ ਜਿਹੜੀ ਸਾਡੇ ਕਬਜ਼ੇ 'ਚ ਨਹੀਂ ਆਉਂਦੀ, ਜਿਸ ਨੂੰ ਅਸੀਂ ਪ੍ਰੇਮਿਕਾ ਬਣਾਉਣਾ ਚਾਹੁੰਦੇ ਹਾਂ, ਜਦੋਂ ਪ੍ਰੇਮਿਕਾ ਨਹੀਂ ਬਣਦੀ ਤਾਂ ਅਸੀਂ ਉਹਨੂੰ ਬਦਨਾਮ ਕਰ ਦਿੰਦੇ ਹਾਂ, ਉਹ ਤਾਂ ਤੇਜ਼ਾਬ ਸੁੱਟਿਆ ਜਾਂਦਾ, ਬੜਾ ਕੁਛ ਕੀਤਾ ਜਾਂਦਾ। ਪਰ ਰਾਜਾ ਦਸ਼ਰਥ ਤੋਂ ਲੈ ਕੇ ਦਸ਼ਰਥ ਦੇਵੜਾ ਇੱਕ ਹੋਏ ਨੇ
बड़ी इंटरेस्टिंग कहानी है। उस बंदे जज ने उसका मैट्रीमोनियल केस सीगा, दशरथ देवड़ा मेरा परम मित्र है, तो उसने औरतों के खिलाफ जिहड़ा एक मोर्चा खोलिया होया पत्नी पीड़ित संघ, इस तरह के पत्नी पीड़ित संघ बहुत बन गए ने। तो क्योंकि जज ने उसनू जिहड़ी है सज़ा सुनाई सी कि तू 75,000 रुपया जुर्माना तैनू किया जाता, तू अदालत का समा खराब किया कि बीबिया तो पूजन योग होंदिया ने, तू औरतों नूं निंदा, उहदा अपनी वाइफ नाल केस बड़ी देर चलिया। फिर उस 75,000 दे जुर्माने नूं इकट्ठा करने दशरथ देवता देवड़ा भी जुगाड़ी बंदा सीगा, उहने ना डांडी मार्च जिवें महात्मा गांधी ने शुरू किया सी उदां दा डांडी मार्च शुरू कर दिता, अपने टब्बर जां होर हमख्याल औरतां नूं लै के ना डांडी मार्च शुरू करता, पैसे भीख मंगण लग गया कि मैं भीख दे पैसे इकट्ठे करके ना जुर्माना भरना, तो फिर जज नूं लग्या कि तां बदनाम बहुत करदा है, तो फिर उसका जुर्माना माफ़ कर दिता, कहिंदा बस बंदा बन जा। पर उसका पत्नी पीड़ित संघ है जिहड़ा अजे भी चल रहा, भारत का पहला ये मूवमेंट है जिहड़ी पतियां दे पीड़ित होने की गल करती है, क्योंकि पति भी बहुत पीड़ित ने, बहुत बड़े बड़े आ पिछले दिनों तो इब्राहिम लिंकन दा आ रहा कि उसकी घरवाली उन्हें बहुत कुटदी सी। औरत हौली हौली भारू हो जाती है, ये गल मननी पवेगी, कहानी घर घर की ये होने लग पी है। बंदा जिहड़ा मर्जी शेर होवे, ईवन शेर भी घुरने च कुछ बाहर कुछ करता हो पर शेरनी तो बहुत डरदा। सो हौली हौली औरत भेत पा जाती है, जिवें विआह वेले कहिंदे ने ना पैर की उंगल वड्डी है तू तो डोमीनेट होएगा घरवाली तो, उंगल तो सारे की वड्डी होंदी है, पर कितें ना कितें औरत हौली हौली भेत पा जाती है। वैसे भी जिन्हां दे दो दो विआह होए ने मोतीचूर के लड्डूआं दे बारे मैं तजर्बा मेरा अपना तो नहीं दस दिया, कहिंदे बंदा अपनी दूजी घरवाली तो बहुत डरदा, तो घरवाली अपने पहले पति तो हमेशा डरती है, कुछ रोचक फैक्ट इदां दे भी हुंदे ने। तुसीं ऑनर हो जी। हाँ जी रमणा भाई, सत श्री अकाल। सत श्री अकाल महिंदर जी। हो हाँ जी रमणा भाई जी, गल पता की आ, जिहड़ा साडे पंजाब दी राजनीति है ना, ये कोई थोड़ी जी ऐसी है कि जिस तरह मतलब पंजाब विच लुट कसुट हेरा फेरी चोर बजारी मकारी धक्केशाही दी राजनीति आ, कोई मतलब ये नहीं हैगा कि ਇਮਾਨਦਾਰੀ ਜਾਂ ਬਿਲਕੁਲ ਸਹੀ ਤਰੀਕੇ ਦੀ ਰਾਜਨੀਤੀ ਚੱਲਦੀ। ਫਿਰ ਧੱਕਾ ਚੱਲਦਾ ਸੀ ਜਿਹੜਾ ਬੰਦਾ ਧੱਕੇ ਵਾਲਾ, ਹੁਣ ਜਿੱਦਾਂ ਆਮ ਆਦਮੀ ਪਾਰਟੀ ਵਾਲੇ ਲੈ ਲਓ, ਇਹ ਮਤਲਬ ਕਿ ਉੱਠੂ ਕੇ ਕਿੱਦਾਂ ਇੱਕ ਬੰਦਾ ਕੋਈ ਚੱਕਰ ਤੇ ਫਸ ਜਾਂਦਾ, ਦੂਸਰਾ ਬੋਲਦਾ ਹੀ ਕੋਈ ਨੀ ਹੈ ਜੀ। ਤੇ ਹੁਣ ਅਕਾਲੀਆਂ ਦੇਖ ਲਓ ਡਿਬੇਟ ਦੇ ਵਿੱਚ ਵੀ ਆਉਂਦੇ ਆ, ਉਹ ਗੱਲ ਹੀ ਨੀ ਕਰਨ ਦਿੰਦੇ, ਜਿਹੜਾ ਮੋਹਰੇ ਬੈਠਾ ਨਾ ਡਿਬੇਟ ਕਰਾ ਰਿਹਾ ਪੱਤਰਕਾਰ, ਉਹਨੂੰ ਗੱਲ ਹੀ ਨੀ ਕਰਨ ਦਿੰਦੇ, ਝੂਠੇ ਵੀ ਆ ਫਿਰ ਵੀ ਉਹ ਜਿਹੜੇ ਕੁਛ ਵੀ ਉੱਪਰ ਦੀ ਹੁੰਦੇ ਆ। ਸੋ ਬਾਕੀ ਦੀ ਦੂਜੀ ਗੱਲ, ਬੀਬੀਆਂ ਕਿਤੇ ਵੀ ਬਹਿੰਦੀਆਂ, ਕਿਤੇ ਰੇਟ ਤੇ ਬਹਿੰਦੀਆਂ, ਮਜ਼ਬੂਰੀ 'ਚ ਉਹਨਾਂ ਨੂੰ ਕੋਈ ਇਹੋ ਜਿਹਾ ਕੰਮ ਕਰਨਾ ਪਵੇ ਜਾਂ ਕੋਈ ਰਿਸ਼ਤੇ ਜਾਂ ਕੋਈ ਇਹੋ ਜਿਹੀ, ਨਹੀਂ ਤਾਂ ਨਹੀਂ ਬੀਬੀਆਂ ਘੱਟ ਕਰਨੀਆਂ ਇਹੋ ਜਿਹਾ ਕੰਮ, ਇਹ ਫੇਰੀ ਚੋਰ ਬਜ਼ਾਰੀ ਮਕਾਰੀ ਘੱਟ ਕਰਦੀਆਂ, ਕਿਉਂਕਿ ਮੈਂ ਇਸ ਦੀ ਐਗਜ਼ੈਂਪਲ ਦੇਖੀ ਹੋਇਆ। ਇੱਕ ਵਾਰ ਮੈਂ ਹੁਸ਼ਿਆਰਪੁਰ ਗਿਆ, ਇੰਸਪੈਕਟਰ ਮਰ ਗਿਆ ਸੀ, ਤੇ ਉਹ ਬੀਬੀ ਉਹਦੀ ਜਗ੍ਹਾ ਨੌਕਰੀ ਲੱਗ ਗਈ ਗੜਸ਼ੰਕਰ ਸੀ, ਤੇ ਉਹ ਅੰਦਰੋਂ ਨਾ ਜਿਹੜਾ ਡੀਐਫਸੀ ਦਾ ਜਿਹੜਾ ਸੈਕਟਰੀ ਸੀ ਉਹ ਆਇਆ, ਤੇ ਅਸੀਂ 8-10 ਵਾਲੇ ਖੜੇ ਸੀ, 8-10 ਇੰਸਪੈਕਟਰ ਖੜੇ ਸਨ, ਮੈਂ ਵੀ ਖੜਾ ਸੀ, ਤੇ ਉਹ ਆ ਕੇ ਅੰਦਰੋਂ ਆਇਆ, ਉਹ ਬੀਬੀ ਨੂੰ ਕਹਿੰਦਾ ਵੀ ਹਾਂਜੀ ਤੁਹਾਡੀ ਫੀਸ ਨੀ ਆਈ ਜੀ। ਉਹ ਕਹਿੰਦੀ ਮੈਂ ਫੀਸ ਕਾਹਦੀ ਦੇਣੀ, ਮੈਂ ਤਾਂ ਨੌਕਰੀ ਕਰਦੀ ਹਾਂ। ਕਹਿੰਦਾ ਦੇਖੋ ਜੀ ਜੇ ਨੌਕਰੀ ਕਰਨੀ ਤਾਂ ਫੀਸ ਦੇਣੀ ਪੈਣੀ ਆ। ਤਾਂ ਉਹ ਨਾਲ ਦਾ ਇੰਸਪੈਕਟਰ ਕਹਿੰਦਾ ਭੈਣ ਜੀ ਫੀਸ ਤੁਹਾਨੂੰ ਮਤਲਬ ਪੈਸੇ ਦੇਣੇ ਪੈਣੇ ਆ। ਉਹ ਕਹਿੰਦੀ ਵੀ ਮੈਂ ਪੈਸੇ ਲੈਂਦੀ ਨੀ ਕਿਸੇ ਨੂੰ, ਮੈਂ ਦਵਾਂ ਕਿੱਥੋਂ। ਤਾਂ ਕਹਿੰਦਾ ਇਹ ਤਾਂ ਨੌਕਰੀ ਦਾ ਕਰੋਗੇ, ਜਾਣੀ ਆ ਸਾਡੇ ਪੰਜਾਬ ਦਾ ਸਿਸਟਮ ਆ। ਇਸ ਕਰਕੇ ਜਿਹੜੀਆਂ ਬੀਬੀਆਂ ਆ ਉਹ ਮਤਲਬ ਜੇ ਕੋਈ ਮਜ਼ਬੂਰੀ ਚ ਉਹਨਾਂ ਨੂੰ ਕਰਨਾ ਪਵੇ ਕੋਈ ਗਲਤ ਕੰਮ ਜਾਂ ਕੋਈ ਕਿਸੇ ਤਰੀਕਾ ਸਟੈਪ ਲੈਂਦੀਆਂ, ਨਹੀਂ ਤਾਂ ਤਕਰੀਬਨ ਬੀਬੀਆਂ ਜਿੱਥੇ ਵੀ ਕਿਤੇ ਕੋਈ ਵੀ ਕੰਮ ਕਰਨ ਦੇ ਤਰੀਕੇ ਨੂੰ ਇਮਾਨਦਾਰੀ ਨਾਲੇ ਕਰਦੀਆਂ। ਤੇ ਜਿਹੜੇ ਹੈਗੇ ਆ ਬੰਦੇ ਉਹਨਾਂ ਦੀ ਫਿਰ ਤੇ ਆ ਖਰਾਬ ਹੋਈ ਆ ਕਿ ਉਹ ਚਾਹੁੰਦੇ ਕਿ ਹਰ ਕੰਮ 'ਚ ਸਾਨੂੰ ਕਿਸੇ ਨਾ ਕਿਸੇ ਲੁੱਟ ਖਸੁੱਟ ਜਾਂ ਕੋਈ ਵੀ ਹੈ, ਬਹੁਤ ਘੱਟ ਸਹੀ ਤਰੀਕਾ ਦੂਸਰਾ ਅਪਣਾਉਂਦੇ ਆ ਜੀ। ਥੈਂਕ ਯੂ। ਕੋਈ ਮਜ਼ਬੂਰੀ 'ਚ ਬਿਲਕੁਲ, ਤੁਸੀਂ ਪੰਜਾਬ ਦੀ ਫਿਤਰਤ ਦੱਸੀ ਹੈ ਕਿ ਸਿਆਸਤ ਦੇ ਵਿੱਚ ਡਾਂਗ ਸੁੱਟੇ ਦੀ ਪੰਜਾਬ ਦੀ ਸਿਆਸਤ ਹੈ। ਮਮਤਾ ਬੈਨਰਜੀ ਦੇਖੋ ਕਿਸ ਤਰ੍ਹਾਂ ਉਹਦੇ ਸੱਟਾਂ ਦੇ ਨਿਸ਼ਾਨ ਨੇ, ਕਿੰਨੇ ਉਹਦੇ ਹਮਲੇ ਹੋਏ ਨੇ। ਮਾਇਆਵਤੀ ਹੈ, ਕਿੰਨੀ ਉਹ ਸਟਰੋਂਗ ਹੋਈ ਹੈ। ਇੰਦਰਾ ਗਾਂਧੀ ਸੀ, ਈਵਨ ਡਿਫੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਜਿਹੜੀ ਭਾਰਤ ਦੀ ਪਹਿਲੀ ਰੱਖਿਆ ਮੰਤਰੀ ਬਣੀ ਹੈ, ਉਸ ਨੇ ਵੀ ਪਹਿਲਾਂ ਸੇਲ ਗਰਲ ਦਾ ਕੰਮ ਕਰਦੀ ਸੀ। ਉਹ ਦੇਖੋ ਕਿਸ ਮੁਰਾਤਬੇ 'ਤੇ ਉਹ ਪਹੁੰਚੇ ਨੇ। ਸੁਸ਼ਮਾ ਸਵਰਾਜ ਹੈ, ਅੰਤਰਰਾਸ਼ਟਰੀ ਪੱਧਰ 'ਤੇ ਵਿਦੇਸ਼ ਮੰਤਰਾਲੇ ਦਾ ਕੰਮ ਵੇਖਦੇ ਨੇ। ਸਾਡੀਆਂ ਸੈਨਾਵਾਂ ਦੇ ਵਿੱਚ ਔਰਤ ਦੀ ਕੀ ਸਥਿਤੀ ਹੈ? BSF ਦੀਆਂ ਬਹੁਤ ਸਾਰੀਆਂ ਪੰਜਾਬਣ ਧਿਆਣੀਆਂ ਨੇ BSF 'ਚ ਨੇ। ਥਲ ਸੈਨਾ ਦੇ ਵਿੱਚ 1992 ਦੇ ਵਿੱਚ ਪਹਿਲੀ ਵਾਰੀ ਮਹਿਲਾਵਾਂ ਦੀ ਭਰਤੀ ਕੀਤੀ ਗਈ। ਜਿਹੜੇ
थल सेना दे विच मिलिट्री दे विच ऑफिसर ने उन्हां दे विच 3.80% महिलावां ने भारतीय थल सेना दे विच। भारतीय हवाई सेना दे विच फाइटर पायलट भी बन गए ने महिलावां ते 13.9% हिस्सेदारी है जिहड़ी एयरफोर्स दे विच अफसरां दे विच बीबियां दी है ते नेवी दे विच अफसरां दे विच जिहड़ा है 0.6% नेवी अफसर महिला ने अफसरां दे विचों। हालांकि कर्मचारियों के स्थिति जी है वह घट है। इस तरह पंजाब पुलिस की नफरी के भी बहुत सारिया बीबिया ने जड़िया वो शामिल हुई ने। हाले तक किसी पंजाब की पुलिस प्रमुख बन का मौका नहीं मिले। तुसी ऑनर हो जी। सत श्रीकाल जी। सत श्रीकाल जी। ओ मुक्सर तो बोल रहे गोपाल सिंह जी। की कहना चाहोगे जी? थैंक यू जी। बिल्कुल तुहाडी गल दुरुस्त है। किते ना किते भावें दाज विरोधी कानून बहुत सख्त ने पर अजे भी कुछ अजिहे मामले, खैर दाज दा तां नहीं, कई बार होर मामलों कारण भी औरतों का कतल हो जाता है। वैसे भारत दा जिहड़ा नैशनल क्राइम रिकॉर्ड ब्यूरो है वह दसदा कि जिहड़ियां दाज विरोधी शिकायतां ने उन्हां दे विचों बहुतियां, अंकड़े तो यह कहिंदे ने कि 98% जाली निकलदियां ने। कारण होर हुंदा परचा दाज दा हो जाता, यह गल भी जरूर है। इस करके जिहड़ा पत्नी पीड़ित संघ जिहड़ा पंजाब दे विच भी बनिया, मनजीत सैणी ने चंडीगढ़ दे विच जिहड़े आप भी पीड़ित रहे ने अपनी नूँह तो, ते उन्होंने भी इस तरह की मूवमेंट है जिहड़ी बनाई हुई है। हुण विमन कमिशन की तर्ज ते भारत दे विच मैन कमिशन, मनुखां दा कमिशन बनाउण की मंग भी उठ रही है। तो प्रधानमंत्री साहब सशक्तिकरण की, महिला एम्पावरमेंट की गल करते हैं, पर स्थिति यह है कि प्रधानमंत्री साहब अपनी वाइफ नूं इंसाफ नहीं दे पा रहे। यशोदा बेन ने RTE दे राहीं पुछा सी कि बतौर प्राइम मिनिस्टर वाइफ जिहड़ी मैनूं सिक्योरिटी मिली है उहदा स्टेटस मैनूं दस्सिया जावे। अगला तो पति परमेश्वर तो सीधे मूँह गल कोई नहीं करता, तो मैनू फिर सिक्योरिटी का की कारण है? पर जिहड़ियां RSS वर्गियां जथेबंदियां ने उस दी तुलना उर्वशी दे नाल कर दित्ती, जो लक्ष्मण जी दे शरीके हाथ सन, कि उहने तां बलिदान इन्हां दे रहे कि मोदी साहब का समा नहीं जाया कर रहे। पर वेखो कि ता उमर यशोदा बेन विआह करा के भी अणव्यौहता वाली लाइफ हंडा रहे ने, ते किते ना किते फिर औरत दे हक दी गल ते डाका ते मन्ने ही जावेगा जे प्राइम मिनिस्टर ऑफिस उस नूं जवाब ही नहीं दे रहा कि उसका स्टेटस की है। तुसीं ऑनर हो जी। हैलो, सत श्री अकाल जी। सत श्री अकाल जी। ओ हाँ जी भाई, मैं कहना चाहता जी वोमेन नूं सो प्रोटेस्ट करना चाहिए कॉर्पोरेट सिस्टम दे अगेंस्ट, राइट? इन्हें वोमेन दे फैमिली ते सोशल सेंस से तो खो के इन्हूं गर्लफ्रेंड बनाया है, मार्केटिंग ते एंटरटेनमेंट टूल बनाया है जी। ये सारे नूं विशेष, मेरा ख्याल ये गुलामी हैगी वोमेन वास्ते। पर जिहड़ियां औरतां कारपोरेट जगत दे विच ने उह भी बहुत सारे घोटालियां च फसदियां ने, उह भी औरतां जदों उस कारपोरेट जगत दीआं हैड बन जांदियां ने, भावें इंदरा नूई जां होर है कोछड़ है, उह भी अपनी औरत वाला पण भुल जांदियां ने। की कहना चाहोगे? शायद कॉल ड्रॉप हो गई है, क्योंकि सियासत विच भी जिहड़ियां बीबियां आ गईआं ने ना, फिर उह अपनी जात नूं बहुती तवज्जो नहीं दिंदियां। उहनां दा भी चाल टाल कम काज अंदाज मर्दां वाला ही हो जांदा, वह भी फिर अपनी जात प्रति जज्बाती नहीं रहिंदियां। ये भी कारण समझना पवेगा। वो कहिंदे आ ना कि बंदा मंगे आटा उहनूं आट्यों भी घाटा, ते औरत मंगे पेड़े ते उहनूं देण वाले बथेरे। क्योंकि तुसीं जर्नल लाइफ वेखो, एक आम उदाहरण वेखो, फेसबुक ते अगर कोई महिला ID वाली लेडी है जिहड़ी, भावें उह बंदा ही होवे, कोई स्टेटस पा दिंदी है ते लाइक करन वाले ना तुक्की कढ दिंदे, दे कमेंट क्या बात है फलां टमकाम। जो कोई बंदा एड्डी सोहणी गल लिखे उहनूं एक लाइक नहीं मिलदा बेचारे नूं, करे की? तो यह भी कारण हैगा ना। सो इस तरह कारपोरेट जगत दे विच भी जिहड़ियां सैकटरी बनाईआं जांदीआं ने गलबात करन दे लई औरतां नूं भेजिआ जांदा, समान वेचण दे लई औरतां नूं भेजिआ जांदा। यही कारण है कि एडवरटाइज दे विच भी, इश्तिहारां दे विच भी औरत नूं तवज्जो दित्ती जांदी है। ईवन
ਨਿਊਜ਼ ਦੇ ਮਾਮਲੇ ਦੇ ਵਿੱਚ ਵੀ ਗੱਲ ਕਰੀਏ ਤਾਂ ਜਿਹੜਾ ਚਿਹਰਾ ਦਿਸ਼ ਦਿਲਕਸ਼ ਲੱਗਦਾ ਸਕਰੀਨ 'ਤੇ, ਰੇਡੀਓ ਦੇ ਵਿੱਚ ਆਵਾਜ਼ ਔਰਤ ਦੀ ਹੈ ਜਿਹੜੀ ਲੋਕ ਲਾਈਕ ਕਰਦੇ ਨੇ, ਸਕਰੀਨ 'ਤੇ ਨਿਊਜ਼ ਐਂਕਰ ਲੇਡੀ ਨੂੰ ਲੋਕ ਪਸੰਦ ਕਰਦੇ ਨੇ ਕਿਉਂਕਿ ਇੱਕ ਫੇਸ ਵੈਲਿਊ ਜਿਹੜੀ ਹੈਗੀ, ਕਿਉਂਕਿ ਮਰਦ ਪ੍ਰਧਾਨ ਸਮਾਜ ਹੈ, ਉਸ ਨੂੰ ਵੇਖਣਾ ਪਸੰਦ ਕਰਦੇ ਨੇ। ਇਹ ਇਹ ਕਾਰਨ ਹੈਗੇ ਨੇ, ਭਾਵੇਂ ਉਹਦੀ ਪਕੜ ਹੋਵੇ ਜਾਂ ਨਾ ਹੋਵੇ ਉਹ ਬਾਅਦ ਦੀ ਗੱਲ ਹੈ, ਪਰ ਇੱਕ ਫੇਸ ਗਲੈਮਰਾਈਜ਼ ਕੈਸ਼ ਕੀਤਾ ਜਾਂਦਾ ਸਾਡੀ ਸੋਸਾਇਟੀ ਦੇ ਵਿੱਚ, ਇਹਦੇ 'ਚ ਕੋਈ ਦੋਰਾਵਾਂ ਨਹੀਂ ਨੇ। ਤੁਸੀਂ ਓਨਰ? ਹੈਲੋ ਜੀ, ਸਵਾਗਤ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਮੈਂ ਗੁਰਜੀਤ ਸਿੰਘ ਤਰਨਤਾਰਨ ਤੋਂ ਬੋਲਦਾ ਜੀ, ਪਿੰਡ ਝੰਡੇਰ ਤੋਂ ਜੀ। ਝੰਡੇਰ ਬਰਨਾਲੇ ਕੋਲੋਂ? ਨਹੀਂ, ਝੰਡੇਰ ਤਰਨਤਾਰਨ ਸਾਹਿਬ ਤੋਂ ਗੋਂਦਵਾਲ ਸਾਹਿਬ। ਅੱਛਾ ਅੱਛਾ, ਝੰਡੇਰ ਗੁਰਦੀਪ ਸਿੰਘ ਜੀ ਜੀ, ਕੀ ਕਹਿਣਾ ਚਾਹੋਗੇ? ਮੈਂ ਜੀ ਆਖਣਾ ਚਾਹੁੰਦਾ ਵਾ, ਮੈਨੂੰ ਥੋੜਾ ਜੇ ਸਾਡੀ ਝਗੜਾ ਹੈ, ਜੇਲ੍ਹ 'ਚ ਰਹਿਣ ਦਾ ਬਹਾਨਾ ਮਿਲਿਆ ਵੀ ਉੱਥੇ ਵੇਖਿਆ ਵੀ ਜਿਹੜੇ ਬਲਾਤਕਾਰ ਦੇ ਤੇ ਦੂਜੇ ਦਾਜ ਦੇ ਪਰਚੇ ਆ, ਇਹ ਜਾਣੀ ਕਿ 90-95% ਝੂਠੇ ਹੁੰਦੇ ਆ। ਓਕੇ, ਹਾਂਜੀ, ਉੱਥੇ ਅੰਦਰ ਮੁੜ ਕੇ ਸਾਰੀ ਸੱਚਾਈ ਦੱਸਦੇ ਆ ਨਾ ਲੋਕੀ। ਅੱਛਾ ਜੀ। ਪਹਿਲੋਂ ਤੇ ਸਭ ਕੁਛ ਠੀਕ ਠਾਕ ਚੱਲਦਾ, ਜਦੋਂ ਕੋਈ ਫੜਿਆ ਜਾਂਦਾ ਮੁੜ ਕੇ ਆ ਦਿੰਦੇ ਜੀ ਬਲਾਤਕਾਰ ਹੋ ਗਿਆ ਜੀ। ਹਾਂਜੀ, ਬਿਲਕੁਲ ਗੱਲ ਤੁਹਾਡੀ ਦਰੁਸਤ ਹੈ। ਇਸ ਤਰ੍ਹਾਂ ਦੇ ਜਿਹੜੇ ਨੇ ਪਰਚੇ ਉਹ ਵੀ ਨਜਾਇਜ਼ ਤੌਰ 'ਤੇ ਹੁੰਦੇ ਨੇ। ਅਗਲੇ ਕਾਲਰ ਦਾ ਸਵਾਗਤ ਹੈ ਜੀ। ਪਰ ਵੀਜ਼ਸ ਦੇ ਮੁਤਲਕ ਇੰਡੀਆ ਦੇ ਵਿੱਚ ਔਰਤ ਦੀ ਸੈਲਰੀ, ਔਰਤ ਦੀ ਤਨਖਾਹ ਬੰਦੇ ਦੇ ਮੁਕਾਬਲੇ 19% ਹੈ ਜਿਹੜੀ ਘੱਟ ਦਿੱਤੀ ਜਾਂਦੀ ਹੈ ਕਿ ਔਰਤ ਹੈ ਇਹਨੂੰ ਵੀਜ਼ਸ ਘੱਟ ਦਿਓ। ਨਰੇਗਾ ਜਾਂ ਹੋਰ ਮਾਮਲਿਆਂ 'ਚ ਵੀ ਗੱਲ ਸਾਹਮਣੇ ਆਉਂਦੀ ਹੈ। ਤੁਸੀਂ ਓਨਰ ਹੋ ਜੀ? ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬੇਨਤੀ, ਜਿਵੇਂ ਦਿਨ ਤਾਂ ਆਪਣੇ ਸਾਰੇ ਬਣਾਏ ਆ ਵੀ ਓਲਡ ਸਿਟੀਜ਼ਨ ਆ ਜਾਂ ਵੂਮੈਨ ਡੇ ਆ ਜੀ, ਤੇ ਇਹਨਾਂ ਦੀ ਮਹੱਤਤਾ ਨਹੀਂ ਹੈਗੀ। ਓਕੇ, ਅੱਛਾ ਜੀ। ਅਗਲੀ ਗੱਲ ਇਹ ਵੀ ਜਿਵੇਂ ਲੇਡੀਜ਼ ਹੈ, ਲੇਡੀਜ਼ ਤੁਸੀਂ ਕਹੇ ਵੀ ਇਹਨਾਂ ਦਾ ਠੀਕ ਹੈ, ਇਹਨਾਂ ਦਾ ਇਹਨਾਂ ਨੂੰ ਸਨਮਾਨ ਚਾਹੀਦਾ ਕਰਨਾ। ਜਿਵੇਂ 100 ਦੇ ਵਿੱਚੋਂ 2 ਲੇਡੀਜ਼ ਹੈ ਜਿਹੜੀਆਂ, ਜਿਵੇਂ ਮਮਤਾ ਬੈਨਰਜੀ ਅਤੇ ਸੁਸ਼ਮਾ ਸਵਰਾਜ ਜੀ ਅਤੇ ਬਾਦਲ ਸਾਹਿਬ ਜੀ, ਬਾਦਲ ਮੈਡਮ ਬਾਦਲ ਜੀ ਹੈਗੇ, ਇਹ ਕਰਦੇ ਹੈਗੇ ਨਹੀਂ, ਇਹਨਾਂ ਦਾ 19 ਵਾਰ ਜੋ ਥੋੜ੍ਹਾ ਜਿਹਾ ਉੱਪਰ ਪਹੁੰਚ ਜਾਂਦੇ, ਆਪਦਾ ਬੈਲੈਂਸ ਵੀ ਛੱਡ ਜਾਂਦੀਆਂ ਜੀ। ਮੈਂ ਤਾਂ ਮੇਰੇ ਦਿਮਾਗ ਮੁਤਾਬਕ ਇਹ ਜਦੋਂ ਥੋੜ੍ਹਾ ਜਿਹਾ ਉੱਪਰ ਚੜ੍ਹ ਜਾਂਦੀਆਂ, ਥੋੜ੍ਹਾ ਜਿਹਾ ਆਪਦਾ ਬੈਲੈਂਸ ਛੱਡਣ ਲੱਗ ਜਾਂਦੀਆਂ। ਇਹ ਕਾਰਨ ਆਉਂਦਾ ਸਾਹਮਣੇ ਕਿ ਪੈਰ ਛੱਡ ਜਾਂਦੀ ਔਰਤ, ਫਿਰ ਇਹ ਸਮਝ ਲਿਆ ਜਾਂਦਾ। ਹਾਂਜੀ, ਰਿਪਬਲਿਕਨ ਉਮੀਦਵਾਰ ਮੈਂਬਰ ਪਾਰਲੀਮੈਂਟ ਐਰੀਜ਼ੋਨਾ ਤੋਂ ਮਾਰਥ ਮੈਕਸੇਲੀ, ਉਹਨੇ ਇੱਕ ਸਟੇਟਮੈਂਟ ਦਿੱਤੀ ਹੈ। ਉਹ ਅਮੈਰੀਕਨ ਸੈਨਾ ਦੀ ਪਹਿਲੀ ਫਾਈਟਰ ਪਾਇਲਟ ਸੀ। ਉਹ ਕਹਿੰਦੇ 26 ਸਾਲ ਉਹ ਅਮੈਰੀਕਨ ਏਅਰਫੋਰਸ 'ਚ ਰਹੀ ਹੈ। ਉਹ ਕਹਿੰਦੀ 52 ਸਾਲ ਦੀ ਉਸਦੀ ਉਮਰ ਹੈ। ਉਸਨੇ ਇਹ ਗੱਲ ਜਨਤਕ ਤੌਰ 'ਤੇ ਤਸਲੀਮ ਕੀਤੀ ਹੈ ਕਿ ਮਿਲਟਰੀ ਦੇ ਵਿੱਚ ਉਸ ਦੇ ਨਾਲ ਵੀ ਸੈਕਸ ਜ਼ਬਰਦਸਤੀ ਕੀਤਾ ਗਿਆ, ਰੇਪ ਕੀਤਾ ਗਿਆ ਉਸਦੇ ਸੀਨੀਅਰ ਵੱਲੋਂ, ਅਤੇ ਉਹ ਲੰਮੀ ਦੇਰ ਚੁੱਪ ਰਹੀ ਅਤੇ 18 ਸਾਲ ਪਹਿਲਾਂ ਉਸਦੇ ਨਾਲ ਇਹ ਮੰਦਭਾਗੀ ਘਟਨਾ ਘਟੀ ਹੈ। ਇਸ ਵਾਕਿਆਤ ਨੂੰ ਲੈ ਕੇ ਉਹ ਕਈ ਸਾਲ ਤੱਕ ਚੁੱਪ ਰਹੀ ਅਤੇ ਫਿਰ ਉਸਨੇ ਅਮੈਰੀਕਨ ਏਅਰਫੋਰਸ ਛੱਡਣ ਦਾ ਵੀ ਐਲਾਨ ਕੀਤਾ, ਸੋਚਿਆ, ਪਰ ਬਾਅਦ ਦੇ ਵਿੱਚ ਉਹ ਹੌਲੀ ਹੌਲੀ ਯੂਜ਼ਡ ਹੋ ਗਈ। ਸੋ ਇਸ ਨੇ ਜਿਹੜੀ ਦੋਸ਼ ਲਾਏ ਨੇ ਕਿ ਉਸ ਦੇ ਨਾਲ ਇਸ ਤਰ੍ਹਾਂ ਦੀ ਜਾਤੀ ਹੋ ਰਹੀ ਹੈ, ਖਾਸ ਕਰਕੇ ਉਹਨੇ ਇਹ ਵੀ ਆਖਿਆ ਕਿ ਅਮੈਰੀਕਨ ਮਿਲਟਰੀ ਦੇ ਵਿੱਚ ਵੀ ਔਰਤ ਦੇ ਨਾਲ ਧੱਕਾ ਹੁੰਦਾ। ਕਿਤੇ ਨਾ ਕਿਤੇ ਇੰਡੀਅਨ ਆਰਮੀ ਵਾਈਫਸ ਨੇ ਜਿਹੜੀਆਂ, ਉਹਨਾਂ 'ਤੇ ਵੀ ਇਸ ਤਰ੍ਹਾਂ ਦੇ ਪੀੜਿਤ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਨੇ ਕਿ ਜਿਹੜੇ ਸੀਨੀਅਰ ਔਫਿਸਰ ਨੇ ਉਹ ਜੂਨੀਅਰ ਔਫਿਸਰਸ ਦੀ ਮਿਸਿਜ ਦੇ ਨਾਲ ਕਈ ਵਾਰੀ ਇਸ ਤਰ੍ਹਾਂ ਦਾ ਮਿਸਯੂਜ਼, ਬਦਤਮੀਜ਼ੀ ਕਰਦੇ ਨੇ। ਪੰਜਾਬ ਪੁਲਿਸ ਦੇ ਵੀ ਵਿੱਚ ਵੀ ਇੱਕ ਬੜਾ ਚਰਚਿਤ ਮਰਹੂਮ ਅਧਿਕਾਰੀ ਸੀ ਜਿਹੜਾ ਇਸ ਕੰਮ ਦੇ ਲਈ ਬੜਾ ਬਦਨਾਮ ਸੀ, ਉਸ 'ਤੇ ਵੀ ਕਈ ਮਾਮਲੇ ਇਸ ਤਰ੍ਹਾਂ ਦੇ ਸੰਗੀਨ ਦੋਸ਼ ਲੱਗੇ ਨੇ ਕਿ ਉਹ ਵੀ ਆਪਣੇ ਅਧਿਕਾਰੀਆਂ ਕਰਮਚਾਰੀਆਂ ਦੇ ਨਾਲ ਬਦਤਮੀਜ਼ੀ ਕਰਦਾ ਸੀ। ਤੁਸੀਂ ਓਨਰ ਹੋ ਜੀ? ਹੈਲੋ। ਇਸੇ ਤਰ੍ਹਾਂ ਦਾ ਸ਼ੋਸ਼ਣ ਤੋਂ ਸਾਡੀਆਂ ਵਿੱਦਿਅਕ ਸੰਸਥਾਵਾਂ ਵੀ ਨਹੀਂ ਬਚੀਆਂ। ਯੂਨੀਵਰਸਿਟੀਆਂ ਦੇ ਵਿੱਚ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਵਾਈਸ ਚਾਂਸਲਰ ਬੜਾ ਚਰਚਿਤ ਵਿਵਾਦਿਤ ਹੈ, ਜਿਸ 'ਤੇ ਇਸ ਤਰ੍ਹਾਂ ਦੇ ਦੋਸ਼ਾਂ ਦੇ ਮੁਕੱਦਮੇ ਸੁਪਰੀਮ ਕੋਰਟ ਤੱਕ ਚੱਲ ਰਹੇ ਨੇ। SS ਆਹਲੂਵਾਲੀਆ ਜਦੋਂ ਉਹ ਵਾਈਸ ਚਾਂਸਲਰ ਸੀ ਤਾਂ ਉਦੋਂ ਉਸ 'ਤੇ ਇਸ ਤਰ੍ਹਾਂ ਦੇ ਜਿਹੜੇ ਸਟੂਡੈਂਟ ਨੇ ਮਿਸਯੂਜ਼ ਦੇ ਦੋਸ਼ ਲਾਏ ਸੀਗੇ ਇੱਜ਼ਤ ਆਬਰੂ ਤਰ ਤਰ ਕਰਨ ਦੇ। ਉਹ ਕੇਸ ਅਜੇ ਵੀ ਅਦਾਲਤ ਵਿੱਚ ਪੈਂਡਿੰਗ ਹੈ। ਵੈਸੇ ਉਸ ਵਾਈਸ ਚਾਂਸਲਰ ਦੇ ਦੌਰਾਨ ਕਈ ਗੱਲਾਂ ਬੜੀਆਂ ਚਰਚਿਤ ਸੀ। ਉਦੋਂ ਵਾਈਸ ਚਾਂਸਲਰ ਦਾ ਜਿਹੜਾ ਔਫਿਸ ਸੀਗਾ, ਉਹਦੀ ਸੀ ਉਦੋਂ ਸਟੂਡੈਂਟ ਹੁੰਦੇ ਸੀਗੇ, ਉਹ
ਉਸ ਤੇ ਰੈੱਡ ਲਾਈਟ ਏਰੀਆ ਕਿਹਾ ਜਾਂਦਾ ਸੀ ਉਹਨੂੰ, ਕਿਉਂਕਿ ਉਸ ਵਾਈਸ ਚਾਂਸਲਰ ਦੇ ਆਫਿਸ ਦੇ ਗੇਟ ਤੇ ਦਰਵਾਜ਼ੇ ਤੇ ਦੋ ਬੱਤੀਆਂ ਜਗਦੀਆਂ ਰਹਿੰਦੀਆਂ ਸੀ, ਇੱਕ ਗ੍ਰੀਨ ਤੇ ਇੱਕ ਲਾਲ। ਉਹਦਾ ਇਸ਼ਾਰਾ ਸੀ ਕਿ ਜੇ ਗ੍ਰੀਨ ਬੱਤੀ ਹੈ ਤਾਂ ਤੇ ਬੰਦਾ ਅੰਦਰ ਜਾ ਸਕਦਾ, ਜੇ ਲਾਲ ਬੱਤੀ ਹੈ ਤਾਂ ਇਹ ਕਿਸੇ ਨੂੰ ਆਉਣ ਦੀ ਆਗਿਆ ਨਹੀਂ। ਪਰ ਉੱਥੇ ਲਾਲ ਬੱਤੀ ਅਕਸਰ ਹੀ ਜਗਦੀ ਰਹਿੰਦੀ ਸੀ। ਫਿਰ ਉਹ ਕਟਾਕਸ਼ ਕਰਨ ਵਾਲਿਆਂ ਨੇ ਗੱਲ ਘੜ ਲਈ ਕਿ ਤਾਂ ਲਾਲ ਬੱਤੀ ਏਰੀਆ, ਰੈੱਡ ਲਾਈਟ ਏਰੀਆ। ਤੁਸੀਂ ਆਉਂਦੇ ਰਹੋ ਜੀ, ਇੱਕ ਬ੍ਰੇਕ ਲੈਂਦੇ ਜੀ। ਬ੍ਰੇਕ ਤੋਂ ਬਾਅਦ ਫਿਰ ਆਪਦਾ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ ਰਹੇਗਾ। ਔਰਤ ਦੀ ਦਸ਼ਾ ਅਤੇ ਦਿਸ਼ਾ ਬਾਰੇ ਅੱਜ ਆਪਾਂ ਦੂਰ ਅੰਦੇਸ਼ੀ ਦੇ ਨਾਲ ਸੋਚ ਰਹੇ ਹਾਂ। ਹੈਲੋ ਗਲੋਬਲ ਪੰਜਾਬ ਪ੍ਰੋਗਰਾਮ ਦੇ ਦਾਨਿਸ਼ਮੰਦ ਦਰਸ਼ਕਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਵਕਫੇ ਤੋਂ ਬਾਅਦ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ ਹੈ। ਗਲੋਬਲ ਪੰਜਾਬ ਟੈਲੀਵਿਜ਼ਨ ਅਮਰੀਕਾ ਚੈਨਲ, ਪੰਜਾਬੀ ਟੀਵੀ ਕੈਨੇਡਾ ਅਤੇ ਇੰਡੀਆ ਦੇ ਵਿੱਚ ਏਅਰਟੈੱਲ ਡਿਸ਼ 'ਤੇ ਚੈਨਲ ਨੰਬਰ 565 ਦੇ ਜ਼ਰੀਏ ਆਪ ਜੀ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋ। ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਆਪਣਾ ਅਮਰੀਕਾ ਦਾ ਨੰਬਰ ਹੈ 201-301-2785 ਅਤੇ ਭਾਰਤ ਦਾ ਜਿਹੜਾ ਨੰਬਰ ਹੈ ਪਟਿਆਲਾ ਸਟੂਡੀਓ ਦਾ ਉਹ ਹੈ 0175। ਪਟਿਆਲੇ ਦਾ ਕੋਡ ਹੈ 5156 ਫੋਨ ਨੰਬਰ ਹੈ। ਸੋ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਤੁਸੀਂ ਇਹਨਾਂ ਨੰਬਰਾਂ ਦੇ ਨਾਲ ਨਾਲ ਫੇਸਬੁੱਕ 'ਤੇ ਵੀ ਲਾਈਵ D5 ਨੈਟਵਰਕ 'ਤੇ ਵੀ ਸਾਨੂੰ ਵੇਖ ਰਹੇ ਹੋ, ਚੈਨਲ ਪੰਜਾਬੀ 'ਤੇ ਵੀ ਵੇਖ ਰਹੇ ਹੋ। ਸੋ ਕਈ ਸਾਰੇ ਕਮੈਂਟ ਆਏ ਨੇ। ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਭਾਰਤ ਦੇ ਵਿੱਚ ਜਾਂ ਵਿਸ਼ਵ ਦੇ ਵਿੱਚ ਪੰਜਾਬ ਦੇ ਵਿੱਚ ਔਰਤ ਦੀ ਦਸ਼ਾ ਅਤੇ ਦਿਸ਼ਾ। ਕਿਉਂਕਿ ਜਰਨਲਿਸਟ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਕੈਨੇਡਾ ਤੋਂ GM ਸਿੰਘ ਕਾਹਲੋਂ ਲਿਖ ਰਹੇ ਨੇ ਕਿ ਔਰਤ ਪ੍ਰਤੀ ਮਰਦ ਦੇ ਪਿਆਰ, ਸਤਿਕਾਰ, ਖੁਦਗਰਜੀ, ਮਾਨਸਿਕ ਅਤੇ ਸਰੀਰਕ ਖਿੱਚ, ਆਪਣੀ ਜਨਾਨੀ, ਆਪਣੀ ਪਰਾਈ ਅਤੇ ਬੇਸ਼ਰਮੀ ਆਦਿ ਬਾਰੇ ਵੱਖ ਵੱਖ ਨਜ਼ਰੀਏ ਨੇ। ਬਿਲਕੁਲ ਜੀ, ਇਕਬਾਲ ਸਿੰਘ ਨਿਊਜ਼ੀਲੈਂਡ ਤੋਂ ਲਿਖ ਰਹੇ ਨੇ ਕਿ ਸਾਰੇ ਧਰਮਾਂ ਤੋਂ ਉੱਪਰ ਹੈ ਇਨਸਾਨੀਅਤ, ਆਪਸੀ ਪਿਆਰ ਨੂੰ ਅਖੌਤੀ ਆਜ਼ਾਦੀ ਖਾ ਗਈ, ਕੁਝ ਬੇਗੈਰਤ ਲੀਡਰਾਂ ਨੇ ਕੁਰਸੀਆਂ ਖਾਤਰ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜ਼ਹਿਰ ਬੀਜ ਦਿੱਤਾ। ਬਿਲਕੁਲ, ਨਿੰਮਾ ਸੋਲ ਜੁੜੇ ਨੇ ਜੀ, ਅਮੋਲਕ ਗਿੱਲ, ਰਸ਼ਪਾਲ ਸਿੰਘ, ਜੱਸੀ ਤੁਗਲਵਾਲਾ ਹਾਂਗਕਾਂਗ ਤੋਂ, ਰਜਿੰਦਰ ਕੁਮਾਰ ਜੀ, ਜਰਨੈਲ ਸਿੰਘ, ਅਨਿਲ ਨਖਵਾਲ ਅਤੇ ਲਾਡੀ ਹੋਂਡਾ ਸਾਹਿਬ, ਆਪ ਸਭ ਸੱਜਣਾਂ ਦਾ ਸਵਾਗਤ ਸਵਾਗਤ ਹੈ ਜੀ ਤੁਹਾਡਾ ਵੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਉਹ ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ ਜੀ ਔਰਤ ਦੀ ਦਸ਼ਾ ਬਾਰੇ? ਮੈਂ ਤੁਹਾਨੂੰ ਦੱਸਾਂ ਨਾ, ਠੀਕ ਆ, ਟਿਵਾਣਾ ਸਾਹਿਬ, ਸਦੀ 21ਵੀਂ ਚਲੇ ਗਈ ਆ, ਭਾਵੇਂ ਕੁਛ ਕਿੰਨਾ ਕੁਛ ਬਦਲ ਗਿਆ, ਔਰਤਾਂ ਬੜੇ ਵੱਡੇ ਵੱਡੇ ਅਹੁਦਿਆਂ ਤੇ ਵੀ ਬੈਠੀਆਂ ਆ, ਪਾਇਲਟ ਵਗੈਰਾ, ਡਾਕਟਰ ਵਗੈਰਾ, ਸਭ ਕੁਛ ਬਣੀਆਂ ਬੈਠੀਆਂ। ਪਰ ਮੈਂ ਤੁਹਾਨੂੰ ਦੱਸਾਂ ਨਾ, ਜਿੱਥੇ ਤੱਕ ਮੇਰੀ ਮੰਨਦੀ ਆ, ਵੀ ਹਾਲੇ ਤੱਕ ਔਰਤ ਨੂੰ ਪੂਰਾ ਸਨਮਾਨ ਨਹੀਂ ਮਿਲਿਆ, ਔਰ ਨਾ ਹੀ ਮਿਲਣਾ ਤੇ ਨਾ ਹੀ ਮਿਲਿਆ ਆ। ਕਿਉਂਕਿ ਅਸੀਂ ਦੇਖਦੇ ਹਾਂ, ਜਿੱਥੇ ਵੀ ਦੇਖੋ ਔਰਤ ਨੂੰ ਭੇੜੀਏ ਵਾਂਗੂ ਦੇਖਦੇ, ਜਿਹੜਾ ਕਿਤੇ ਮੈਂ ਝੱਟ ਲਵਾਂ, ਇਹਨੂੰ ਖਾ ਲਵਾਂ, ਜਿਹੜੀ ਕੋਈ ਮੂੰਹ ਉੱਥੇ ਜਿਹੜੀ ਸੋਹਣੀ ਜਨਾਨੀ ਆ, ਉਹਨੂੰ ਹਰ ਕੋਈ ਪੈਂਦਾ। ਤੁਸੀਂ ਕਿਸੇ ਦਫ਼ਤਰ ਵਿੱਚ ਚਲੇ ਜਾਓ, ਕਿਤੇ ਵੀ ਚਲੇ ਜਾਓ, ਉਹਦੀ ਇੱਜ਼ਤ ਨੂੰ ਪਹਿਲਾਂ ਹਰ ਕੋਈ ਹੱਥ ਪਾਉਂਦਾ, ਤੁਸੀਂ ਕਿਸੇ ਵੀ ਚਲੇ ਜਾਓ। ਬਾਕੀ ਤੁਸੀਂ ਦੇਖੋ ਪਿੰਡਾਂ ਵਿੱਚ ਤੇ ਖਾਸ ਕਰਕੇ ਕੁੜੀਆਂ ਨੂੰ ਘਰੋਂ ਬਾਹਰ ਨਹੀਂ ਨਿਕਲ ਦਿੰਦੇ ਰਾਤ ਦੇ। ਤੁਸੀਂ ਦੇਖੋ ਇੱਧਰ ਹੁਣ ਅਸੀਂ ਇਹਨਾਂ ਮੁਲਕਾਂ 'ਚ ਬੈਠੇ, ਰਾਤ ਨੂੰ ਕੁੜੀਆਂ ਕੰਮ 'ਤੇ ਵੀ ਜਾਂਦੀਆਂ, ਸਭ ਕੁਛ ਕਰਦੀਆਂ, ਪਰ ਆਪਣੇ ਇੰਡੀਆ 'ਚ ਰਾਤ ਨੂੰ ਕੁੜੀਆਂ ਨਹੀਂ ਜਾ ਸਕਦੀਆਂ 12-8 ਵਜੇ ਤੋਂ ਬਾਅਦ, ਤੁਸੀਂ ਘਰੋਂ ਬਾਹਰ ਨਿਕਲ ਕੇ ਦੇਖ ਲਓ। ਮੈਂ ਤਾਂ ਤੁਹਾਨੂੰ ਵਧਾ ਦਿੰਦੀ, ਜੇਬ ਖਰਚ ਦਾ ਕੁੜੀ ਨੇ ਕੱਪੜੇ ਜਿੱਦਾਂ ਆਪਣੇ ਇੱਥੇ ਬਾਹਰ ਪਾਏ ਆ ਨਾ, ਆਪਣੇ ਪੰਜਾਬ ਜਿੱਦਾਂ ਪਾ ਕੇ, ਫਿਰ ਮੈਨੂੰ ਲੱਗਦਾ ਕਿ ਮੁੰਡੇ ਘੱਟੋ ਘੱਟ ਉਹਨੂੰ ਦਰੋਂ ਬਾਹਰ ਨਾ ਨਿਕਲ ਜਾਣ, ਜਿਹੜੇ ਹਾਲਾਤ ਸਾਡੇ ਪੰਜਾਬ ਦੇ। ਤੁਸੀਂ ਦੇਖੋ ਕਿੰਨੇ ਬਲਾਤਕਾਰ ਹੋ ਰਹੇ ਆ ਇਸ ਵੇਲੇ। ਜੋ ਇੱਕ ਇੱਕ ਕੁੜੀ ਆਪਣੇ ਫਰੈਂਡ ਨਾਲ ਫੈਦੀ ਨਾ, ਉਹਨੂੰ ਹਰ ਕੇ ਚਾਹੁੰਦਾ ਵੀ ਇਹਨੂੰ ਮੈਂ ਵੀ ਨੋਚਾਂ। ਕਿੰਨੀ ਸ਼ਰਮ ਦੀ ਗੱਲ ਆ, ਸਾਡੇ ਲੋਕਾਂ ਦੇ ਵਿੱਚ ਇਹਦੇ ਬਾਰੇ ਬਹੁਤ ਜ਼ਿਆਦਾ ਗਲਤ ਵਿਹਾਰ ਆ, ਵਿਚਾਰ ਆ, ਜਿੱਦਾਂ ਤੱਕ ਸਾਡਾ ਸਮਾਜ ਨਹੀਂ ਸੁਧਰਦਾ ਉਨੀ ਤੱਕ। ਜੇ ਕੋਈ ਕੁੜੀ ਪੜ੍ਹਦੀ ਆ ਨਾ, ਚਲੋ ਹੁਣ ਤਾਂ ਲੋਕੀ ਪੜ੍ਹਾਉਣ ਲੱਗ ਪਏ, ਮੇਰੇ ਗੁਆਂਢ ਦੀ ਗੱਲ ਆ, ਕੁੜੀ 10ਵੀਂ ਕਰਕੇ ਹਟੀ, ਮੈਂ ਉਹਨਾਂ ਨੂੰ ਕਿਹਾ ਗਾਂਹ ਪੜ੍ਹ ਜਾ, ਉਹ ਪਤਾ ਕੀ ਕਹਿੰਦੇ, ਅਸੀਂ ਕਿਹੜਾ ਕੁਰਸੀਆਂ ਤੇ ਬਿਠਾਉਣੀਆਂ, ਘਰਾਂ ਦੇ ਕੰਮ ਹੀ ਕਰਨੇ ਆ, ਭਾਂਡੇ ਮਾਂਜਣੇ ਆ। ਹਾਲੇ ਤੱਕ ਵੀ ਲੋਕਾਂ ਦੀ ਇੱਥੋਂ ਤੱਕ ਸੋਚ ਬਣੀ, ਸੋਚ ਬਣੀ ਆ। ਬਾਕੀ ਔਰਤ ਨੂੰ ਇੱਕਦਮ ਇੱਦਾਂ ਸਮਝਦੇ, ਨਕਾਰਾ ਸਮਝਦੇ ਆ ਵੀ ਇਹਦੀ ਕੋਈ ਹੈ ਨਹੀਂ ਗੀ। ਤੁਸੀਂ ਦੇਖੋ ਜੇ ਉਹਦੇ ਲੜਕੀਆਂ ਪੈਦਾ ਹੁੰਦੀਆਂ 3-4 ਕਣਾ, ਇਹ ਤਾਂ ਕੁੜੀਆਂ ਜੰਮਦੀ ਆ, ਇਹ ਵੱਡੀ ਗੱਲ ਆਈ ਆ। ਬਾਕੀ ਦਾਜ ਵੇਲੇ ਦੇਖੋ ਕਿੰਨਾ ਹੁੰਦਾ ਆ। ਬਾਕੀ ਹੋਰ ਮੈਂ ਹੁਣ ਤੁਹਾਨੂੰ ਕੀ ਕੀ ਗਿਣਾਵਾਂ ਨਾ, ਹਰ ਇੱਕ ਪੱਖੋਂ ਮੈਂ ਹੁਣ ਜਦੋਂ ਲੜਕੀ ਨੂੰ ਮੈਂਸ ਚਾਹੁੰਦੇ ਆ ਨਾ, ਕੜਾਈ ਕੱਪੜਾ ਆ, ਉਹ ਲੜਕੀਆਂ ਨੂੰ ਚੌਂਕੇ ਨੀ ਚੜ ਦਿੰਦੇ, ਕਹਿੰਦੇ ਭ੍ਰਿਸ਼ਟ ਆ, ਇਹ ਭ੍ਰਿਸ਼ਟ ਹੋ ਗਈ ਆ। ਇੱਥੋਂ ਤੱਕ ਵੀ ਹਾਲੇ ਤੱਕ ਕਈ ਸਮਾਜ ਦੇ ਵਿੱਚ ਹੈਗੇ ਆ। ਬਾਕੀ ਜੇ ਆਪਾਂ ਕਹੀਏ ਔਰਤ ਨੂੰ ਨਾ ਸਮਾਜ ਕੋਈ ਥਾਂ ਮਿਲੀ, ਨਾ ਹੀ ਮਿਲਣੀ, ਤੁਸੀਂ ਕਿੰਨੀ ਵੀ ਚੌਂਕ ਕਰ ਲਓ, ਆਪਾਂ ਸਵਾਨ ਚੰਦ ਤੱਕ ਪਹੁੰਚ ਗਏ ਆ, ਪਰ ਸਾਡੀ ਔਰਤ ਨੂੰ ਹਾਲੇ ਤੱਕ ਪੂਰੀ ਇੱਜ਼ਤ ਨਹੀਂ ਮਿਲੀ, ਔਰ ਨਾ ਹੀ ਇਹ ਸਮਾਜ ਸਾਡਾ ਦੇ ਰਿਹਾ। ਚਲੋ ਹਾਲੇ ਇਹਨਾਂ ਦੇਸ਼ਾਂ ਵਿੱਚ ਹੈਗਾ, ਥੋੜਾ ਜਿਹਾ ਔਰਤ ਦੀ ਸਤਿਕਾਰ ਕਰਦੇ, ਇੱਜ਼ਤ ਕਰਦੇ ਆ। ਤੁਸੀਂ ਦੇਖੋ ਪਾਰਕਾਂ ਜਾਵੋ, ਕੁੜੀਆਂ ਮੁੰਡੇ ਸ਼ਰੇਆਮ ਹੁੰਦੇ ਆ, ਉੱਥੇ ਪੁਲਿਸਾਂ ਤੋਂ ਹੁੰਦੀਆਂ, ਬਕਾਇਦਾ ਸਕਿਉਰਟੀ ਲੱਗੀ ਆ, ਅਸੀਂ ਮੌਲਾਂ ਕਹਿ ਰਹੇ ਬਕਾਇਦਾ ਸਕਿਉਰਟੀ ਲੱਗੀ ਆ, ਤੁਹਾਨੂੰ ਕੋਈ ਕੁਛ ਕਹਿ ਨਹੀਂ ਸਕਦੀ। ਤੁਸੀਂ ਆਪਣੇ ਪੰਜਾਬ ਜਾਂ ਇੰਡੀਆ ਤੁਸੀਂ ਨਿਕਲ ਕੇ ਦਿਖਾ ਦਿਓ ਬਾਹਰ ਕਿਤੇ ਇਸ ਤਰ੍ਹਾਂ, ਤੁਹਾਨੂੰ ਅੱਟਿਆ ਤੇ ਹਰ ਤਰ੍ਹਾਂ। ਮੈਂ ਤੁਹਾਨੂੰ ਦੱਸਦੀ, ਇੱਕ ਵਾਰੀ ਮੈਂ ਬੱਸੇ ਚੜ੍ਹਨੇ ਕਿ ਬੱਸ ਸਟੈਂਡ ਤੇ ਬੈਠੀ, ਮੈਨੂੰ 2-2.5 ਘੰਟੇ ਹੋ ਗਏ, ਘੱਟੋ ਘੱਟ 3-4 ਬੰਦਿਆਂ ਨੇ ਮੈਨੂੰ ਪੁੱਛਿਆ ਵੀ ਤੂੰ ਇੱਥੇ ਕਾਹਤੇ ਬੈਠੀ ਆ।
ਮੈਂ ਕਿਹਾ ਮੈਂ ਕਿਸੇ ਦੀ ਵੇਟ ਕਰ ਰਹੀ, ਮੇਰੇ ਹਸਬੈਂਡ ਨੇ ਆਉਣਾ ਆ ਤੇ ਉਹਨੂੰ ਕਹਿੰਦਾ ਮੈਂ ਲੈ ਜਾਣਾ। ਮੈਂ ਕਿਹਾ ਤੂੰ ਮੇਰੇ ਘਰ ਵਾਲੇ ਦੀ ਜੁੱਤੀ ਵਰਗਾ ਨਹੀਂ, ਜੇ ਸੱਚ ਪੁੱਛੇ ਤਾਂ। ਮੈਂ ਕਿਹਾ ਤੁਹਾਡੀਆਂ ਇੰਨੀਆਂ ਨਚਰਾਂ ਗਿਰੀਆਂ ਹੋਈਆਂ ਕਿਉਂਕਿ ਸਾਡੇ ਨਾਲ ਖੋਦੇ ਬੀਤ ਚੁੱਕੀਆਂ ਟਵਾਣਾ ਸਾਹਿਬ ਇਹ ਨਾ ਅਸੀਂ ਮੁਰਖਾ ਲੰਘ ਚੁੱਕੇ। ਮੇਰੀ ਬੇਟੀ ਨੇ ਬੀ ਏ ਕਰ ਲਈ ਗਾਂ ਐਮ ਏ ਕਰ, ਕਹਿੰਦੀ ਡੈਡੀ ਮੈਂ ਬੱਸਾਂ ਤੇ ਅੱਡਿਆਂ ਤੇ ਖੜ ਕੇ ਨਾ ਮੈਂ ਮੁੰਡਿਆਂ ਕੋਲ ਜਣੀ ਪਿਕਚਰਾਂ ਨਹੀਂ ਕਰਵਾਉਣੀਆਂ, ਮੈਂ ਗਾਂ ਨਹੀਂ ਪੜ੍ਹਨਾ। ਮੇਰੀ ਬੇਟੀ ਨੇ ਬੀ ਏ ਕਰਨ ਤੋਂ ਬਾਅਦ ਪੜ੍ਹਨਾ ਛੱਡ ਤਾ ਔਰ ਉਸਨੇ ਬੀ ਐਡ ਕਰਵਾਈ ਆਪਣੇ ਘਰੋਂ ਪ੍ਰਾਈਵੇਟ ਕਰਵਾਈ। ਦੇਖੋ ਤੁਸੀਂ ਸਾਡੇ ਹੱਲ ਤੱਕ ਉੱਥੇ ਇਹੋ ਜਿਹੇ ਹਾਲਾਤ ਆ ਨਾ, ਅਸੀਂ ਬੜੀ ਸ਼ਰਮ ਦੀ ਗੱਲ। ਸਾਡਾ ਕੋਈ ਵੀ ਲੀਡਰ ਦੇਖ ਲਓ ਤੁਸੀਂ, ਦੇਖੋ ਕਿੰਨੀ ਔਰਤਾਂ ਦੀ ਬੇਇੱਜ਼ਤੀ ਹੋ ਰਹੀ ਆ। ਔਰ ਤੁਸੀਂ ਦੇਖੋ ਫਿਰ ਕਾਂਗਰਸ ਦਾ ਆਸ਼ੂਤੋਸ਼ ਨੇ ਕਿੰਨੀ ਵਿਚਾਰੀ ਕੁੜੀ ਦੀ ਬੇਇੱਜ਼ਤੀ ਕੀਤੀ ਆ। ਦੇਖੋ ਹੋਰ ਕਹਿੰਦੀ ਮੈਂ ਹੁੰਦੀ ਨਾ ਬਾਕੀ ਮੈਂ ਤਾਂ ਜੋਬ ਛੱਡ ਕੇ ਆ ਜਾਂਦੀ। ਇਹੋ ਜਿਹੀ ਜੋਬ ਨਾਲ ਲੱਖ ਲਾਂ ਤੇ ਸਾਡੇ ਜੀ ਹੁੰਦੇ, ਸਾਡੇ ਸ਼ਹੀਣ ਤਾਂ। ਪਰ ਸਾਡੀ ਮਜਬੂਰੀ ਆ ਲੋਕਾਂ ਦੀ, ਅਸੀਂ ਕਰਦੇ ਸਭ ਕੁਛ, ਕੀ ਕਰੀਏ, ਸਾਡੀ ਮਜਬੂਰੀ ਆ। ਗਰੀਬੀ ਦੇ ਮਾਰੇ ਅਸੀਂ ਹਰ ਮਨੋਂ ਸਾਨੂੰ ਸੰਤੁਸ਼ਟੀ ਨਹੀਂ ਮਿਲਦੀ। ਸਾਡਾ ਟਵਾਣਾ ਸਾਹਿਬ ਸ਼ਰਮ ਆਉਂਦੀ, ਸਾਡਾ ਸਮਾਜ ਬਹੁਤ ਗੰਦਾ ਆ। ਇਹਦੇ ਵਿੱਚ ਔਰਤ ਨੂੰ ਨਾ ਇਹਨੇ ਨਾ ਕਿਸੇ ਦੀ ਬੇਟੀ, ਨਾ ਕਿਸੇ ਧੀ, ਨਾ ਕੋਈ ਭੈਣ ਸਾਹਿਬ। ਤੁਸੀਂ ਦੇਖੋ ਸਕੇ ਬਾਪ ਤਾਂ ਬੇਟੀਆਂ ਦੇ ਬਲਾਤਕਾਰ ਕਰੀ ਜਾਂਦੇ, ਆਪਾਂ ਇਸ ਤੋਂ ਬਾਅਦ ਹੋਰ ਕੀ ਲੜਨਾ ਆ? ਕਦੀ ਇਹੋ ਜਿਹੀ ਅੱਗੇ ਗੱਲਾਂ ਸੁਣੀਆਂ ਕੀਤੀਆਂ? ਸਕੇ ਭਰਾ ਕਰੀ ਜਾਂਦੇ ਆ, ਇਹੋ ਜਿਹੀਆਂ ਮਿਸਾਲਾਂ ਦੇਖੀ ਦੀਆਂ। ਟਿਵਾਣਾ ਸਾਹਿਬ ਤੁਹਾਡਾ ਮੁੱਦਾ ਤੇ ਬਹੁਤ ਜ਼ਿਆਦਾ ਵਧੀਆ ਆ, ਸ਼ਲਾਘਾ ਯੋਗ ਆ, ਪਰ ਸਾਡਾ ਸਮਾਜ ਨਹੀਂ ਸੁਧਰਨਾ। ਮੈਂ ਤੁਹਾਡੇ ਇਸ ਚੈਨਲ ਤੋਂ ਕਹਿ ਰਹੀ ਹਾਂ, ਜਿੱਦਣ ਸਾਡਾ ਇਹ ਸਮਾਜ ਦੀ ਵਿਚਾਰਧਾਰਾ ਬਦਲ ਗਈ, ਸ਼ਾਇਦ ਥੋੜ੍ਹਾ ਬਹੁਤਾ ਮਿਲ ਜਾਵੇ, ਵਰਨਾ ਨਹੀਂ ਮਿਲੂਗਾ। ਇਹਦੇ ਵਿੱਚ ਔਰਤ ਨੂੰ ਸਤਿਕਾਰ ਮਿਲਣਾ ਬਹੁਤ ਔਖਾ ਆ। ਥੈਂਕ ਯੂ ਜੀ। ਥੈਂਕ ਯੂ ਭੈਣ ਰਾਣੀ, ਲੂੰ ਕੰਡੇ ਖੜ੍ਹੇ ਹੋ ਗਏ ਨੇ ਤੁਹਾਡੇ ਜਜ਼ਬਾਤ। ਸ਼ਾਇਦ ਵਾਕਈ ਸੱਚ ਹੈ, ਹਰਫ ਹਰਫ ਸੱਚ ਹੈ, ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਜਿਹੜਾ ਮਨੁੱਖ ਦੇ ਉੱਤੇ ਸੈਕਸ ਦਾ ਭੂਤ ਹੈ ਨਾ, ਇਹ ਸਿਰਫ ਔਰਤ ਹੀ ਇਸ ਦੀ ਟਾਰਗੇਟ ਨਹੀਂ ਬਣਦੀ। ਤੁਸੀਂ ਵੇਖੋ ਕਿ ਜਿਹੜੇ ਮਲੂਕ ਕਿਸਮ ਦੇ ਮੁੰਡੇ ਨੇ, ਕਮਜ਼ੋਰ ਮੁੰਡੇ ਨੇ, ਉਹਨਾਂ ਦੇ ਨਾਲ ਬਦਫੈਲੀਆਂ ਹੁੰਦੀਆਂ ਨੇ। ਜੇਲ੍ਹਾਂ 'ਚ ਚਲੇ ਜਾਓ, ਉੱਥੇ ਜਿਹੜਾ ਮਾੜਾ ਕੈਦੀ ਆ ਉਸ ਨੂੰ ਇਸ ਤਰ੍ਹਾਂ ਦੀ ਬਦਫੈਲੀ ਦਾ ਸਾਹਮਣਾ ਕਰਨਾ ਪੈਂਦਾ ਹੈ। ਈਵਨ ਜਿਹੜੇ ਭੈਣਾਂ ਭਰਾਵਾਂ ਦੇ ਵਿੱਚ ਵੀ ਜਿਹੜਾ ਛੋਟਾ ਬੱਚਾ, ਬਹੁਤ ਸਾਰੇ ਕਈ ਕੇਸਾਂ 'ਚ ਮੈਂ ਜਾਣਦਾ, ਉਹ ਮੁੰਡਿਆਂ ਦੇ ਨਾਲ ਵੀ ਬਦਫੈਲੀਆਂ ਉਹਨਾਂ ਦੇ ਭਰਾਵਾਂ ਤਾਇਆਂ ਚਾਚਿਆਂ ਨੇ ਕੀਤੀਆਂ ਨੇ। ਸੋ ਇਹ ਜਿਹੜਾ ਕਾਮ ਦਾ ਕੋਝਾਪਣ ਹੈ ਨਾ, ਉਹ ਔਰਤ ਨੂੰ ਟਾਰਗੇਟ ਬਣਾਉਂਦਾ ਹੈ, ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਹੈ। ਇਸ ਤੋਂ ਜਿਹੜੀਆਂ ਨੇ ਅਗਾਂਹ ਵਧੂ ਸੁਸਾਇਟੀ ਵੀ ਨਹੀਂ ਬਦਲੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਸੋਫੀਆ ਅਲੈਗਜ਼ੈਂਡਰਾ ਦਲੀਪ ਸਿੰਘ ਨੇ ਇੰਗਲੈਂਡ ਦੀਆਂ ਔਰਤਾਂ ਨੂੰ ਵੋਟ ਦਾ ਰਾਈਟ ਦਵਾਇਆ, ਸੈਫਰਾਜੈਟ ਮੂਵਮੈਂਟ ਚਲਾਈ ਇੰਗਲੈਂਡ ਦੇ ਵਿੱਚ। ਉਸਨੇ ਜਿਹੜੀ ਮੂਵਮੈਂਟ ਚਲਾਈ ਸੀ, ਅੱਜ ਜਿਹੜੀਆਂ ਬ੍ਰਿਟਿਸ਼ ਔਰਤਾਂ ਫਖਰ ਨਾਲ ਮਾਣ ਮਹਿਸੂਸ ਕਰਦੀਆਂ ਨੇ ਕਿ ਅਸੀਂ ਅਗਾਂਹ ਵਧੂ ਹਾਂ, ਅਸੀਂ ਉਸ ਖਿੱਤੇ ਉਸ ਧਰਮ ਨਾਲ ਸੰਬੰਧਿਤ ਹਾਂ ਜਿੱਥੇ ਕੁਆਰੀ ਮਾਂ ਨੂੰ ਵੀ ਰੱਬ ਦੀ ਮਾਂ ਬਣਨ ਦਾ ਮਾਣ ਹਾਸਲ ਹੁੰਦਾ। ਪਰ ਉਹਨਾਂ ਔਰਤਾਂ ਨੂੰ ਵੋਟ ਦਾ ਰਾਈਟ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਸੈਫਰਾ ਅਲੈਗਜ਼ੈਂਡਰਾ ਦਲੀਪ ਸਿੰਘ ਦਵਾਉਂਦੀ ਹੈ, ਜੋ ਉਸਨੇ ਮੂਵਮੈਂਟ ਸ਼ੁਰੂ ਕੀਤੀ ਸੀ। ਇਸੇ ਕਰਕੇ ਇਹਨਾਂ ਦੇ ਵਿੱਚ ਜੇ ਅਮੈਰੀਕਨ ਮਹਿਲਾ ਫਾਈਟਰ ਹੈ ਜਿਹੜੀ ਹੁਣ ਰਿਪਬਲਿਕਨ ਉਮੀਦਵਾਰ ਹੈ ਐਰੀਜ਼ੋਨਾ ਤੋਂ, ਉਹ ਮੰਨਦੀ ਹੈ ਕਿ ਉਸ ਦੇ ਨਾਲ ਵੀ ਇਹ ਜਿਹੜੀ ਫਿਜ਼ੀਕਲੀ ਜਾਤੀ ਜਿਹੜੀ ਹੈ ਹੋਈ, ਇਸ ਕਿਸਮ ਦਾ ਫੂਡ ਹੈ ਜਿਹੜਾ ਉਹ ਮਰਦ ਦੇ ਦਿਮਾਗ ਦੇ ਵਿੱਚ ਭਰਿਆ। ਛੋਟੀਆਂ ਛੋਟੀਆਂ ਬੱਚੀਆਂ, ਦੋ ਦੋ ਮਹੀਨੇ ਦੀਆਂ ਬੱਚੀਆਂ ਦੇ ਨਾਲ ਕੀ ਕੁਛ ਹੋ ਰਿਹਾ, ਕਿਤੇ ਨਾ ਕਿਤੇ ਜਿਹੜਾ ਕਾਮ ਦਾ ਭੂਤ ਹੈ ਉਹ ਨਹੀਂ ਨਿਕਲ ਰਿਹਾ। ਦਾਜ ਦੀਆਂ ਸਮੱਸਿਆਵਾਂ ਵੀ ਹੈ ਨੇ। ਅੱਜ ਜਤਿੰਦਰ ਜੀ ਸਾਡੇ ਕੈਮਰਾਮੈਨ ਨੇ ਵਕਫੇ ਦੇ ਦੌਰਾਨ ਗੱਲਬਾਤ ਅਸੀਂ ਕਰ ਰਹੇ ਸੀਗੇ ਕਿ ਸੰਗਰੂਰ ਦੇ ਵਿੱਚ ਕਿਸ ਤਰ੍ਹਾਂ ਮਾਵਾਂ ਧੀਆਂ ਨੇ ਖੁਦਕੁਸ਼ੀ ਕੀਤੀ ਦਾਜ ਦੇ ਕਾਰਨ, ਇਹ ਸਮੱਸਿਆ ਆਈ। ਦਾਜ ਵਰਗਾ ਦੈਂਤ ਹੈ ਜਿਹੜਾ ਕਿਤੇ ਨਾ ਕਿਤੇ ਨਿਗਲ ਰਿਹਾ। ਸੋ ਇਹ ਕਾਰਨ ਵੀ ਹੈ ਨੇ। ਪਰ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਸਾਨੂੰ ਸੰਦੇਸ਼ ਦੇ ਗਏ ਨੇ, ਉਸ ਨੂੰ ਅਸੀਂ ਲਾਗੂ ਕਰੀਏ ਆਪਣੀ ਤਰਜ਼ੇ ਜ਼ਿੰਦਗੀ 'ਤੇ। ਪਰ ਅਫਸੋਸ ਕਿ ਉਹ ਦਰਬਾਰ ਸਾਹਿਬ 'ਚ ਨਹੀਂ ਲਾਗੂ ਹੋ ਰਿਹਾ। ਔਰਤਾਂ ਨੂੰ ਸ਼ਬਦ ਕੀਰਤਨ ਕਰਨ ਦੀ ਆਗਿਆ ਨਹੀਂ ਹੈ, ਸੇਵਾ ਦੀ ਆਗਿਆ ਨਹੀਂ ਹੈ ਦਰਬਾਰ ਸਾਹਿਬ ਦੇ ਵਿੱਚ। ਇਹ ਕਾਰਨ ਪੜਚੋਲਣੇ ਪੈਣਗੇ। ਜਿਸ ਤਰ੍ਹਾਂ ਭਾਵੇਂ ਸ਼ਨੀ ਸ਼ਿਗਨਾ ਪਰ ਮੰਦਰ ਹੈ, ਹਾਜੀ ਅਲੀ ਦਰਗਾਹ ਆਇਆ, ਸਬਰੀਮਾਲਾ ਹੈ ਜਿੱਥੇ ਔਰਤ ਨੂੰ ਸਿਰਫ ਇਸ ਕਰਕੇ, ਬਾਬਾ ਬਾਲਕ ਨਾਥ ਮੰਦਰ ਹੈ ਕਿ ਔਰਤ ਨੂੰ ਮਾਸਿਕ ਧਰਮ ਆਉਂਦਾ ਹੈ, ਇਸ ਕਰਕੇ ਉਹ ਪਵਿੱਤਰ ਅਪਵਿੱਤਰ ਸਮਝੀ ਜਾਂਦੀ ਹੈ। ਪਰ ਸੁਪਰੀਮ ਕੋਰਟਾਂ, ਅਦਾਲਤਾਂ ਜਾਂ ਲੋਕ ਹੁਣ ਉਸ ਦੇ ਖਿਲਾਫ ਲਾਮਬੰਦ ਹੋਏ ਨੇ। ਸਿੱਖ ਧਰਮ ਦੇ ਵਿੱਚ ਵੀ ਇਹ ਚੀਜ਼ ਹੈਗੀ ਹੈ, ਸਾਨੂੰ ਵਿਚਾਰ ਲੈਣਾ ਚਾਹੀਦਾ। ਇਹ ਨਾ ਹੋਵੇ ਕਿ ਫਿਰ 100 ਡੰਡੇ ਅਤੇ 100 ਛਿੱਤਰਾਂ ਵਾਲੀ ਗੱਲ ਨਾ ਹੋ ਜਾਵੇ। ਕੱਲ੍ਹ ਨੂੰ ਕੋਈ ਅਦਾਲਤੀ ਕੇਸ ਇਸ ਤਰ੍ਹਾਂ ਦਾ ਵੀ ਖੜ੍ਹਾ ਹੁੰਦਾ, ਹਜੇ ਤਾਂ ਮਤਲਬ ਬੀਬੀਆਂ ਜਾਂ ਜਿਹੜੀਆਂ ਕੀਰਤਨ ਕਰਦੀਆਂ ਬੀਬੀਆਂ ਉਹ ਵੀ ਮੰਗ ਨਹੀਂ ਕਰ ਰਹੀਆਂ ਕਿ ਸਾਨੂੰ ਵੀ ਦਰਬਾਰ ਸਾਹਿਬ ਕੀਰਤਨ ਦੀ ਆਗਿਆ ਦਿੱਤੀ ਜਾਵੇ। ਪਰ ਸਾਨੂੰ ਥੋੜ੍ਹੀ ਫਰਾਖ ਦੇ ਲਈ ਚਾਹੀਦੀ ਹੈ, ਕਿਉਂਕਿ ਸਿੱਖ ਧਰਮ ਦੁਨੀਆ ਦਾ ਪਹਿਲਾ ਧਰਮ ਹੈ ਜਿਸ ਨੇ ਔਰਤ ਨੂੰ ਬਰਾਬਰਤਾ ਦਿੱਤੀ ਹੈ। ਸੋ ਇਸ ਕਰਕੇ ਸਾਨੂੰ ਇਸ ਪਾਸੇ ਵੀ ਵਾਚਣਾ ਚਾਹੀਦਾ। ਤੁਸੀਂ ਆਨਰ ਹੋ ਜੀ। ਸਤਿ ਸ਼੍ਰੀ ਅਕਾਲ ਸਿਕੰਦਰ ਆਜ਼ਮ ਜੀ। ਹਾਂਜੀ ਟਵਾਣਾ ਸਾਹਿਬ, ਪਾੜਾ ਤਾਂ ਹੈਗਾ, ਹੁਣ ਮੰਨ ਲਓ ਤੁਸੀਂ ਆਨੰਦ ਕਾਰਜ ਹੁੰਦੇ ਆ,
ਬੁਰੀ ਨੂੰ ਖੱਬੇ ਪਾਸੇ ਪਾਇਆ ਜਾਂਦਾ, ਬੰਦੇ ਨੂੰ ਸੱਜੇ ਪਾਸੇ, ਹੈ ਨਾ ਜੀ। ਗੁਰੂ ਨਾਨਕ ਸਾਹਿਬ ਨੇ ਕਿਹਾ ਭੰਡ ਨਿਮੀ ਹੈ, ਭੰਡ ਜੰਮੀ ਹੈ, ਭੰਡ ਹੋਵੇ ਵਿਆਹੋ, ਭੰਡੋ ਚੱਲੇ ਦੋਸਤੀ, ਭੰਡੋ ਚੱਲੇ ਰਾਵ, ਹੈ ਨਾ ਜੀ। ਭੰਡ ਮੂਆ ਭੰਡ ਪਾਲੀਏ, ਭੰਡ ਹੋਆ ਬਲਦਾਨ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾ ਨੂੰ। ਤੁਹਾਡੀ ਗੱਲ ਕਰਨੀ ਚਾਹੁੰਦਾ ਸੀ ਗੱਲ ਜੰਗੀਰ ਕੌਰ ਦੀ, ਉਹ ਖੁਦ ਤਵਾਣਾ ਸਾਹਿਬ ਨਫ਼ਰਤੀ ਪਾਤਰਾ, ਦੇਖੋ ਤੁਸੀਂ ਮੇਰੇ ਨਾਲ ਬਿਹਤਰ ਜਾਣਦੇ ਹੋ ਕਿਵੇਂ ਆਪਦੀ ਕੁੜੀ ਦਾ ਮਰਡਰ ਕਰਵਾਇਆ, ਉਹਨੇ ਕੀ ਕੁਛ ਕੀਤਾ। ਉਹੀ ਔਰਤਾਂ ਪ੍ਰਤੀ ਤਾਂ ਮਤਲਬ ਨਹੀਂ, ਉਹਨੂੰ ਕੋਈ ਸਤਿਕਾਰ ਹੁੰਦਾ ਨੀ, ਆਟੋਮੈਟਿਕਲੀ ਹੁੰਦਾ, ਕਰਨਾ ਚਾਹੁੰਦੇ ਪਰ ਹੁੰਦਾ ਨੀ। ਆਹ ਗੱਲ ਟਵਾਣਾ ਸਾਹਿਬ, ਬਾਕੀ ਬਹੁਤ ਵਧੀਆ ਅੰਕੜੋਂ ਸਾਹਿਬ, ਹਰੇਕ ਚੀਜ਼ ਨੂੰ ਬਾਤ ਕਰਦੇ ਹਾਂ, ਅੰਕੜੇ ਵੀ ਸਾਰੇ ਦੱਸੇ ਆ ਪੋਲੀਟਿਕਸ਼ਨ ਦੇ। ਮਿਹਰਬਾਨੀ ਜੀ, ਮਿਹਰਬਾਨੀ। ਸੋ ਹੁਣ ਜਿਸ ਤਰ੍ਹਾਂ ਜਿਹੜੇ ਨੇ ਸੈਨਿਟਰੀ ਪੈਡ ਨੂੰ ਲੈ ਕੇ ਫਿਲਮਾਂ ਬਣ ਰਹੀਆਂ ਨੇ, ਲੋਕ ਥੋੜ੍ਹੇ ਬੋਲਡ ਹੋਣ ਲੱਗੇ ਨੇ, ਤਬਦੀਲੀ ਆ ਰਹੀ ਹੈ, ਪਰ ਜਿਹੜਾ ਧਰਮਾਂ ਦਾ ਪਛੜੇਵਾਂ ਪਾਉਣਾ ਹੈ ਜਾਂ ਉਹ ਜਿਹੜੇ ਤੁਗਲਕੀ ਫਰਮਾਨ ਨੇ ਕਿ ਢੋਰ ਗਵਾਰ ਸ਼ੂਦਰ ਪਸ਼ੂਨਾਰੀ, ਇਹ ਸਭ ਤਾੜਨ ਕੇ ਅਧਿਕਾਰੀ, ਧਾਰਮਿਕ ਸਥਾਨਾਂ ਦੇ ਵਿੱਚ ਮਹਿਲਾਵਾਂ ਨੂੰ ਬੈਨ ਕੀਤਾ ਜਾ ਰਿਹਾ, ਉਸ ਦੇ ਖਿਲਾਫ਼ ਔਰਤਾਂ ਲਾਮਬੰਦ ਹੋ ਰਹੀਆਂ ਨੇ ਅਤੇ ਕਾਨੂੰਨ ਵੀ ਸਹਾਇਤਾ ਕਰਨ ਲੱਗਿਆ। ਤੁਸੀਂ ਆਉਂਦੇ ਰਹੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ। ਜੀ ਸ਼੍ਰੀ ਅਕਾਲ ਸਾਹਿਬ, ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਜਿਹੜਾ ਸੈਕਸੁਅਲ ਹਰਾਸਮੈਂਟ ਹੈ ਨਾ, ਤੁਸੀਂ ਔਰਤਾਂ ਦੀ ਗੱਲ ਕਰਦੇ ਹੋ ਜੀ, ਸਾਰੇ ਹੀ ਹੈਗਾ, ਭਾਵੇਂ ਵੈਕਸਰ ਦੇਸ਼ ਹੈ, ਇੱਥੇ ਵੀ ਜਿਹੜਾ ਬੰਦਾ ਵੱਧ ਦੇਖਦਾ ਨਾ ਉੱਚੇ ਉਹਦੇ ਤੇ, ਜਾਂ ਕੋਈ ਕਰ ਹੀ ਜਾਂਦਾ ਇੱਥੇ ਵੀ, ਪਰ ਇੱਥੇ ਇੰਨਾ ਫਰਕ ਹੈ ਬਾਈ ਜੀ ਵੀ ਕਾਨੂੰਨ ਬਹੁਤ ਸਖ਼ਤ ਹੈ, ਜਦੋਂ ਆ ਜਾਂਦੇ ਨਾ ਥੱਲੇ ਫਿਰ ਇਹ ਛੱਡਦੇ ਨੀ ਜੀ। ਤੇ ਇੱਥੇ ਜੇ ਬੈਲਕਾਸ ਵੀ ਸੀ, ਇੱਕ ਬਹੁਤ ਤਕੜਾ ਕਮੇਡੀਅਨ ਆ, ਤੁਸੀਂ ਵੀ ਸੁਣਿਆ ਹੋਣਾ, ਉਹ ਇੱਧਰ ਲੱਗੇ ਸੀ ਕੇਸ, ਉਹਨੂੰ ਸਜ਼ਾ ਹੋਈ ਆ ਜੀ ਹੁਣ ਜੀ, ਤੇ ਬਹੁਤ ਹੀ ਮਤਲਬ ਇੱਕ ਮਸ਼ਹੂਰ ਬੰਦਾ ਸੀ। ਪਰ ਸਾਡੇ ਇੱਥੇ ਇੰਟਰਸਟ ਇਹ ਹੈ ਬਾਈ ਜੀ ਵੀ ਸਾਡਾ ਜਿਹੜਾ ਦੇਸ਼ ਆ ਨਾ, ਇੱਕ ਤਾਂ ਧਾਰਮਿਕ ਤੌਰ ਤੇ ਜਿਵੇਂ ਜ਼ਿਕਰ ਕੀਤਾ ਤੇ ਸਮਾਜਿਕ ਤੌਰ ਤੇ ਵੀ ਔਰਤ ਨੂੰ ਪੂਰੀ ਆਜ਼ਾਦੀ ਨਹੀਂ, ਤੇ ਸਾਡਾ ਜਿਹੜਾ ਪ੍ਰਸ਼ਾਸਨ ਆ ਨਾ, ਜਦੋਂ ਸਾਡੇ ਮੰਤਰੀ ਬਾਈ ਜੀ ਇਹਨੂੰ ਬਿਆਨ ਦਿੰਦੇ ਆ ਬਈ ਬਲਾਤਕਾਰ ਹੋ ਗਏ ਪਿੱਛੇ ਜੀ, ਇਹ ਕਈ ਕੁੜੀਆਂ ਨੂੰ ਜੀਵਾਂ ਨੀ ਪਾਉਣੀਆਂ ਚਾਹੀਦੀਆਂ, ਕੁੜੀਆਂ ਨੂੰ 18 ਪਹਿਲਾਂ 18 ਸਾਲ ਤੋਂ ਬਾਅਦ ਉਦੋਂ ਵਿਆਹ ਵੀ ਹੋ ਜੀ ਨਾਲ ਤੋਂ, ਕੁੜੀਆਂ 12 ਵਜੇ ਤੋਂ ਰਾਤ ਨੂੰ ਬਾਹਰ ਨਾ ਨਿਕਲ ਜੀ। ਇਹੋ ਜਿਹੇ ਸਾਡੇ ਪ੍ਰਸ਼ਾਸਨ ਦਿੰਦੇ ਆ ਨਾ ਬਾਈ ਜੀ, ਉੱਥੇ ਖਰਚਾ ਆਉਂਦਾ, ਤਾਂ ਹਿੰਦੁਸਤਾਨ ਮੇਰੇ ਖਿਆਲ ਔਰਤ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਅਨਸੁਰੱਖਿਅਤ ਹੈ ਮੇਰੇ ਖਿਆਲ ਸਾਰੇ ਦੇਸ਼ਾਂ ਨਾਲ ਜੀ। ਸੋ ਮਰਦ ਪ੍ਰਧਾਨ ਦੇਸ਼ ਆ ਜਿਵੇਂ ਤੁਸੀਂ ਕਿਹਾ ਵੀ ਆਪਣਾ ਸਮਾਜ ਹੈ, ਪਰ ਇਹਦੇ ਚ ਮਾਪਿਆਂ ਨੂੰ ਵੀ, ਮੈਂ ਪਿੰਡਾਂ ਚ ਛੋਟੇ ਆਪਣੀਆਂ ਪੇਰੈਂਟਸ ਹੈ ਜਿਹੜੇ ਛੋਟੀਆਂ ਪਿੰਡਾਂ ਚ ਹੈ, ਉਹਨਾਂ ਨੂੰ ਜਾਗਰਤ ਹੋਣ ਦੀ ਲੋੜ ਹੈ, ਧੀਆਂ ਨੂੰ ਬਰਾਬਰ ਕਹਿਣ, ਬਾਈ ਜੀ ਐਵੇਂ ਤਾਂ ਨੀ ਸੰਤਾਂ ਦੱਸ ਨੇ ਕਿਹਾ ਸੀ ਵੀ ਜਿਹੜੀ ਫੁੱਲਾਂ ਤੋਂ ਵੀ ਹੌਲੀ ਕੁੜੀ ਜਿੱਦਾਂ ਜਿਵੇਂ ਭਾਰ ਲੱਗਦੀ ਹੈ, ਇਹੀ ਕੰਮ ਜੀ, ਅੱਖ ਦੇਖਣ ਵਾਲੀ ਮਨੁੱਖ ਦੀ ਗੱਲ। ਬਿਲਕੁਲ, ਖਾਸ ਕਰਕੇ ਸਿਆਸਤ ਵਿੱਚ ਅਸੀਂ ਸ਼੍ਰੀਲੰਕਾ ਜਾਂ ਪਾਕਿਸਤਾਨ ਵਰਗੇ ਮੁਲਕਾਂ ਨਾਲੋਂ ਵੀ ਪਿੱਛੇ ਹਾਂ ਸਿਆਸਤ ਦੇ ਵਿੱਚ ਔਰਤਾਂ ਨੂੰ ਨਾਮਜ਼ਦਗੀ ਦੇਣ ਦੇ ਮਾਮਲੇ ਦੇ ਵਿੱਚ। 33% ਤਾਂ ਬਹੁਤ ਦੂਰ ਦੀ ਕੌਡੀ ਆ, ਇਹਦੇ 'ਤੇ ਅਸੀਂ 12% 'ਤੇ ਖੜ੍ਹੇ ਹਾਂ, 13 'ਚ ਵੀ ਨਹੀਂ ਆਏ ਲੋਕ ਸਭਾ ਰਾਜ ਸਭਾ ਦੇ ਵਿੱਚ। ਵਿਧਾਨ ਸਭਾ ਦੇ ਵਿੱਚ ਤਾਂ ਸਥਿਤੀ 5 ਪੁਆਇੰਟ 'ਤੇ ਖੜ੍ਹੀ ਹੈ ਪੰਜਾਬ ਦੀ, 5% ਮਹਿਲਾਵਾਂ ਨੇ। ਸੋ ਹਾਲਾਂਕਿ ਕੁਰਬਾਨੀ ਅਤੇ ਤ੍ਰਾਸਦੀ ਔਰਤ ਨੂੰ ਝੱਲਣੀ ਪੈਂਦੀ ਹੈ, ਭਾਵੇਂ 47 ਹੋਵੇ 84 ਹੋਵੇ, ਜਿਹੜਾ ਦਰਦ ਹੈ ਸਭ ਤੋਂ ਵੱਧ ਔਰਤ ਹੀ ਝੱਲਦੀ ਹੈ। ਮਨੁੱਖੀ ਜਾਮਾ ਜਦੋਂ ਸ਼ੁਰੂ ਹੁੰਦਾ ਹੈ, ਬੱਚੇ ਦੀ ਪੈਦਾਇਸ਼ ਹੁੰਦੀ ਹੈ, ਜਿਹੜਾ ਦਰਦ ਉਦੋਂ ਮਾਂ ਝੱਲਦੀ ਹੈ, ਜੱਚਾ ਝੱਲਦਾ, ਉਹ ਬਹੁਤ ਜ਼ਿਬਾਹ ਕਰਨ ਵਾਲਾ, ਬਰਦਾਸ਼ਤ ਤੋਂ ਬਾਹਰ ਹੈ। ਤੁਸੀਂ ਆਉਣਾ ਰਹੋ ਜੀ। ਹਾਂਜੀ, ਲਖਵਿੰਦਰ ਸਿੰਘ ਸੰਮੇ ਵਾਲੀ ਬੇਨਤੀ ਕਰਦਾ ਟਵਾਣਾ ਸਾਹਿਬ। ਜੀ ਸੰਮੇ ਵਾਲੀ ਸਾਹਿਬ। ਹਾਂਜੀ, ਬੇਨਤੀ ਹੈ ਜੀ, ਬੰਦੇ ਦੀ ਮਾਨਸਿਕਤਾ ਹੀ ਮਾੜੀ ਹੁੰਦੀ ਹੈ ਜੀ, ਜੀ ਔਰਤਾਂ ਦਾ ਕੋਈ ਗੁਨਾਹ ਨਹੀਂ ਹੈਗਾ ਜੀ, ਇੱਕ ਤਾਂ ਸਿਸਟਮ ਆਪਣੇ ਇਸ ਤਰ੍ਹਾਂ ਦਾ ਹੈਗਾ ਜੀ, ਬਾਕੀ ਜਿਹੜੀਆਂ ਉੱਚੇ ਅਹੁਦੇ ਤੇ ਚਲੇ ਜਾਂਦੀਆਂ ਨੇ ਇਹ ਵੀ ਆਪਦੀਆਂ ਮਤਲਬ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਭੁੱਲ ਜਾਂਦੀਆਂ ਨੇ। ਭੈਣ ਜੀ ਭੁਪਿੰਦਰ ਕੌਰ ਦਾ ਬਿਲਕੁਲ 100% ਠੀਕ ਨੇ ਵੀ ਇਹ ਇਸੇ ਤਰ੍ਹਾਂ ਹੀ ਹੁੰਦਾ ਹਰ ਸਮਾਜ 'ਚ, ਹਰ ਹਿੰਦੁਸਤਾਨ 'ਚ ਦਾ ਵਿੱਚ, ਹਰ ਬੱਸ ਅੱਡੇ ਤੇ, ਹਰ ਰੇਲਵੇ ਸਟੇਸ਼ਨ ਤੇ ਇਸੇ ਤਰ੍ਹਾਂ ਹੀ ਹੁੰਦਾ ਜੋ ਭੈਣ ਜੀ ਨੇ ਕਿਹਾ। ਜੀ ਥੈਂਕ ਯੂ, ਬਿਲਕੁਲ ਜੀ, ਸਾਨੂੰ ਆਪਣੀ ਸੋਚ ਜਿਹੜੀ ਹੈ ਬਦਲਣੀ ਚਾਹੀਦੀ ਹੈ, ਜੇ ਅਸੀਂ ਇਹ ਚੀਜ਼ਾਂ ਨਹੀਂ ਬਦਲਾਂਗੇ ਤਾਂ ਕੱਲ੍ਹ ਨੂੰ ਸਾਡੀਆਂ ਬੱਚੀਆਂ ਨੇ ਵੀ ਇਹ ਚੀਜ਼ਾਂ ਨੂੰ ਫੇਸ ਕਰਨਾ, ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਹੈ। ਅਤੇ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਵਰਤਾਰਿਆਂ ਦੀ ਜਿਹੜੀ ਹੈ, ਮੈਂ ਸਮਝਦਾ ਕਿ ਖੁੱਲ੍ਹ ਕੇ ਆਲੋਚਨਾ ਹੋਣੀ ਚਾਹੀਦੀ ਹੈ। ਫੇਸਬੁੱਕ 'ਤੇ ਕੋਈ ਵੀ, ਖਾਸ ਕਰਕੇ ਅਸੀਂ ਜੇ ਹੋਰ ਨਹੀਂ ਕਰ ਸਕਦੇ ਤਾਂ ਜੇ ਕੋਈ ਸਾਡੀ ਫੇਸਬੁੱਕ 'ਤੇ ਕੋਈ ਇਸ ਤਰ੍ਹਾਂ ਦੇ ਵਾਹਿਅਤ ਕਮੈਂਟ ਕਿਸੇ ਔਰਤ ਦੇ ਪ੍ਰਤੀ ਕਰਦਾ ਤਾਂ ਅਸੀਂ ਉਹਨਾਂ ਨੂੰ ਡਿਲੀਟ ਕਰੀਏ ਅਤੇ ਉਸ ਦਾ ਹਿੱਸਾ ਨਾ ਬਣੀਏ। ਸਿਆਸਤ ਦੇ ਵਿੱਚ ਭਾਵੇਂ ਕੋਈ ਵੀ ਔਰਤ ਹੈ, ਕਿਸੇ ਵੀ ਪਾਰਟੀ ਦੀ ਹੈ ਜਾਂ ਸਿੰਗਿੰਗ ਦੇ ਵਿੱਚ ਹੈ, ਸਿਨੇ ਅਵਾਰਡ ਦੇ ਵਿੱਚ ਹੈ, ਸੋ ਸ਼ਾਇਦ ਅਸੀਂ ਤਬਦੀਲੀ ਲਿਆ ਸਕਦੇ ਹਾਂ, ਮੇਰਾ ਇਹ ਮੰਨਣਾ। ਤੁਸੀਂ ਆਉਂਦੇ ਰਹੋ ਜੀ। ਟੈਲੀਵਿਜ਼ਨ ਆ ਦੇਖੋ ਜੀ, ਮਿਹਰਬਾਨੀ। ਹੈਲੋ, ਆਵਾਜ਼ ਘੱਟ ਕਰ ਦਿਓ ਜੀ ਟੀਵੀ ਦੀ ਪਲੀਜ਼। ਸਤਿ ਸ਼੍ਰੀ ਅਕਾਲ ਜੀ।
ਜਬਰਨ ਕਰਕੇ ਛੁੱਟ ਜਾਂਦੇ ਆ, ਉਹਨਾਂ ਦਾ ਕੀ ਕਸੂਰ ਆ? ਮਾੜੇ ਬੰਦੇ ਦੀ ਧੀ ਜਿਹੜੀ ਆ ਉਹ ਤੇ ਹਰ ਇੱਕ ਬੰਦਾ ਕਾਨੂੰਨ ਹੀ ਨੀ ਹੈਗਾ। ਬਿਲਕੁਲ ਬਿਲਕੁਲ, ਉਹੀ ਕਹਿੰਦੇ ਆ ਨਾ ਕਿ ਮਾੜੇ ਦੀ ਵਾਈਫ ਸਭ ਦੀ ਭਾਬੀ, ਇਹ ਵੀ ਇੱਕ ਕਾਰਨ ਹੈ। ਪਹਿਲਾਂ ਸਾਨੂੰ ਸਮਰੱਥ ਸ਼ਕਤੀਵਾਨ ਹੋਣਾ ਚਾਹੀਦਾ। ਹਰ ਗਾਲ ਆ ਜਿਹੜੀ ਔਰਤ ਨੂੰ ਜਾਂਦੀ ਹੈ ਅਤੇ ਹਰ ਆਸ਼ੀਰਵਾਦ ਹੈ ਜਿਹੜਾ ਮਰਦ ਨੂੰ ਜਾਂਦਾ, ਦੁੱਧੀ ਨਾਵੇਂ ਪੁੱਤੀ ਫਲੇ ਬੁੱਢ ਸੁਹਾਗਣ ਹੋਵੇ, ਅਤੇ ਔਰਤ ਨੂੰ ਸਿਰਫ ਗਾਲ ਝੱਲਣੀ ਪੈਂਦੀ ਹੈ, ਇਹ ਤ੍ਰਾਸਦੀ ਹੈ ਸਿਸਟਮ ਦੀ। ਐ ਤੁਸੀਂ ਆਉਂਦੇ ਰਹੋ ਜੀ। ਸੋ ਇਸ ਦੇ ਵਿੱਚ ਸਥਿਤੀ ਜਿਹੜੀ ਹੈਗੀ ਬਣ ਰਹੀ ਉਹ ਵਾਕਈ ਸੋਚ ਵਿਚਾਰਨ ਦੀ ਹੈ। ਅਸੀਂ ਤਬਦੀਲੀ ਆਪਣੇ ਤੋਂ ਸ਼ੁਰੂ, ਅੱਜ ਭਾਵੇਂ ਫਰਕ ਨਹੀਂ ਰਿਹਾ, ਅੱਜ ਕੁੜੀਆਂ ਕਮਾਊ ਪੁੱਤ ਬਣ ਗਈਆਂ ਨੇ, ਘਰਾਂ ਦੀਆਂ ਵਾਰਸ ਬਣ ਰਹੀਆਂ ਨੇ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ। ਅਤੇ ਕਿਉਂਕਿ ਅੱਜ ਵੀ ਜਿਸ ਤਰ੍ਹਾਂ ਇੰਡੀਆ ਦੇ ਵਿੱਚ 19% ਵੇਜਸ ਔਰਤ ਨੂੰ ਘੱਟ ਮਿਲਦੇ ਆ ਕਿਸੇ ਵੀ ਆਈ ਟੀ ਸੈਕਟਰ 'ਚ, ਕਿਸੇ ਵੀ ਸੈਕਟਰ ਦੇ ਵਿੱਚ ਚਲੇ ਜਾਓ। ਪਰ ਜਿਹੜੀ ਸਥਿਤੀ ਹੈ ਕਿ ਕੁਦਰਤ ਨੇ ਵੀ ਕਿਤੇ ਨਾ ਕਿਤੇ ਜਿਹੜਾ ਸਰੀਰਕ ਢਾਂਚਾ ਮਰਦ ਅਤੇ ਔਰਤ ਦਾ, ਉਸ ਦੇ ਵਿੱਚ ਫਰਕ ਰੱਖਿਆ, ਮੰਨਣਾ ਪਵੇਗਾ। ਔਰਤ ਦਾ ਜਿਹੜਾ ਕੱਦ ਕਾਠ ਹੈ, ਉਸ ਦਾ ਜਿਹੜਾ ਕੰਮ ਕਰਨ ਦਾ ਸਟਾਈਲ ਹੈ, ਉਸ ਦਾ ਜਿਹੜਾ ਦਾਇਰਾ ਅਤੇ ਦੌਰਾ, ਉਹਦੇ ਵਿੱਚ ਵੀ ਫਰਕ ਹੈ ਮਰਦ ਦੇ ਮੁਕਾਬਲ ਔਰਤ ਦੇ ਵਿੱਚ। ਇਹ ਸਿਰਫ ਮਨੁੱਖਾਂ ਦੇ ਵਿੱਚ ਹੀ ਨਹੀਂ, ਤੁਸੀਂ ਵੇਖੋ ਕਿ ਬਨਸਪਤੀ ਦੇ ਵਿੱਚ ਵੀ ਮੇਲ ਫੀਮੇਲ ਜਿਹੜੇ ਬੂਟੇ ਨੇ, ਅਤੇ ਜਾਂ ਜਾਨਵਰਾਂ ਦੇ ਵਿੱਚ ਵੀ ਮੇਲ ਫੀਮੇਲ, ਨਰ ਅਤੇ ਮਦੀਨ ਦੇ ਵਿੱਚ ਆ ਜਿਹੜਾ ਫਰਕ ਹੈ, ਇਹ ਕੁਦਰਤ ਦੀ ਘਾੜਤ ਹੈ, ਅਸੀਂ ਇਸ ਤੋਂ ਮੁਨਕਰ ਨਹੀਂ ਹੋ ਸਕਦੇ। ਪਰ ਉਹ ਜਿਹੜੀਆਂ ਭਾਵੇਂ ਉਹ ਨਦੀਨ ਨੇ, ਭਾਵੇਂ ਉਹ ਪੰਛੀ ਪਖੇਰੂ ਨੇ, ਉਹ ਇੱਕ ਦੂਸਰੇ ਦੇ ਬਿਨਾਂ ਅਧੂਰੇ ਨੇ। ਇਸੇ ਤਰ੍ਹਾਂ ਮਰਦ ਅਤੇ ਔਰਤ ਵੀ ਇੱਕ ਦੂਸਰੇ ਬਿਨਾਂ ਅਧੂਰੇ ਨੇ। ਬਰਾਬਰ ਦਾ ਸਤਿਕਾਰ ਬਣਨਾ ਚਾਹੀਦਾ, ਬਰਾਬਰਤਾ ਹਰ ਪੱਖ ਤੋਂ ਸੋਚਣੀ ਪਵੇਗੀ। ਜੇ ਬਰਾਬਰਤਾ ਨਹੀਂ ਦੇ ਰਹੀ, ਘੱਟੋ ਘੱਟ ਉਸ ਦੇ ਨਾਲ ਬਰਬਰੀ ਨਾ ਕੀਤੀ ਜਾਵੇ, ਇੰਨਾ ਤਾਂ ਅਸੀਂ ਕਰ ਸਕਦੇ ਹਾਂ। ਪਰ ਇਹ ਜਿਹੜੀਆਂ ਚੀਜ਼ਾਂ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਔਰਤ ਦੇ ਲੇਖੇ ਆਉਂਦੀਆਂ ਨੇ, ਸੂਖਮਤਾ ਔਰਤ ਦੇ ਲੇਖੇ ਆਉਂਦੀ ਹੈ, ਕਲਾਵਾਂ ਔਰਤ ਦੇ ਲੇਖੇ ਆਉਂਦੀਆਂ ਨੇ, ਦ੍ਰਿੜਤਾ ਵੀ ਔਰਤ ਦੇ ਲੇਖੇ ਆਉਂਦੀ ਹੈ। ਸੋ ਇਹ ਕਿਤੇ ਨਾ ਕਿਤੇ ਸਾਨੂੰ ਪੜਚੋਲ ਕਰਨੀ ਪੈਣੀ ਹੈ ਕਿ ਅਸੀਂ ਘੱਟੋ ਘੱਟ ਜਿਹੜਾ ਇਸ ਤਰ੍ਹਾਂ ਦੀ ਨੈਗੇਟਿਵਿਟੀ ਹੈ ਨਾ ਭੰਡਣ ਦੀ, ਉਸ ਨੂੰ ਜਿਹੜਾ ਹੈਗਾ ਥੋੜ੍ਹਾ ਸੰਕੋਚ ਕਰੀਏ। ਤੁਸੀਂ ਆਉਂਦੇ ਰਹੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਤੁਸੀਂ ਪ੍ਰੋਗਰਾਮ ਪੇਸ਼ ਕਰਦੇ ਹੋ ਜੀ, ਬਹੁਤ ਸ਼ਾਨਦਾਰ ਜੀ, ਸਾਨੂੰ ਬੜੀ ਖੁਸ਼ੀ ਹੈ ਜੀ। ਥੈਂਕ ਯੂ। ਇਹ ਤੁਸੀਂ ਜਦੋਂ ਤੋਂ ਪ੍ਰੋਗਰਾਮ ਚਾਲੂ ਕੀਤਾ, ਅਸੀਂ ਬੜੇ ਧਿਆਨ ਨਾਲ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ। ਜਿਹੜਾ ਤੁਸੀਂ ਅੱਜ ਵਿਸ਼ਾ ਰੱਖਿਆ ਹੈ ਜੀ, ਜੀ ਦਰਜਾ ਨਹੀਂ ਮਿਲਦਾ, ਮਤਲਬ ਪੰਜਾਬ ਚ ਵੀ ਕਿਤੇ ਹਿੰਦੁਸਤਾਨ ਚ ਵੀ, ਵੱਡੀ ਦੁੱਖ ਦੀ ਗੱਲ ਏ। ਪਰ ਜਿਹੜੇ ਆ ਮਾਮਲੇ ਦਾਜ ਦੇ, ਇਹਦੇ ਵਿੱਚ ਤੁਸੀਂ ਕੀਤੇ ਨੇ ਦਾਜ ਦੇ ਜੇ ਸਮੱਸਿਆ ਆਉਂਦੀ ਏ, ਇਹਦੇ ਵਿੱਚ ਬਾਹਲੇ ਜ਼ਿਆਦਾ ਮਾਮਲੇ ਵਿੱਚ ਸੈਕਸ ਦੇ ਰਹੇ ਜੀ। ਜੀ, ਸੈਕਸ ਦੇ ਕਾਰਨ ਔਰਤਾਂ ਮਤਲਬ ਸੈਕਸ ਦੇ ਮਾਮਲਿਆਂ ਨੂੰ ਦਾਜ ਦਾ ਮਾਮਲਾ ਬਣਾ ਲਿਆ ਜਾਂਦਾ ਜਾਂ ਹੋਰ ਕਰ ਲਿਆ ਜਾਂਦਾ ਹੈ, ਤੇ ਗੰਦਗੀ ਸਮਾਜ ਚ ਬਹੁਤ ਜ਼ਿਆਦਾ ਹੈ। ਸਮਾਜ ਨੂੰ ਉੱਚਾ ਚੁੱਕਣ ਦੀ ਬਹੁਤ ਜ਼ਰੂਰਤ ਹੈ, ਪੜ੍ਹਨ ਲਿਖਣ ਦੀ ਜ਼ਰੂਰਤ ਹੈ, ਔਰਤ ਨੂੰ ਆਪਦੇ ਹੱਕ ਲੈਣ ਦੀ ਜ਼ਰੂਰਤ ਹੈ ਔਰਤ ਨੂੰ ਜੀ। ਥੈਂਕ ਯੂ, ਬਿਲਕੁਲ ਆਪਣੇ ਹੱਕ ਹਕੂਕ ਦੇ ਲਈ ਔਰਤ ਨੂੰ ਵੀ ਅੱਗੇ ਆਉਣਾ ਪਵੇਗਾ, ਅਤੇ ਮਰਦ ਨੂੰ ਵੀ ਆਪਣਾ ਜਿਹੜਾ ਉਹ ਮੱਤ ਹੈ ਛੱਡਣੀ ਪਵੇਗੀ। ਕਿਉਂਕਿ ਧਰਮ ਦੇ ਵਿੱਚ, ਸਿਆਸਤ ਦੇ ਵਿੱਚ, ਕਾਰੋਬਾਰ ਦੇ ਵਿੱਚ ਜਿਹੜੀ ਇਜਾਰੇਦਾਰੀ ਮਰਦ ਨੇ ਬਣਾ ਰੱਖੀ ਹੈ, ਉਸ ਨੂੰ ਖੋਰਾ ਲੱਗ ਰਿਹਾ, ਅਤੇ ਕਿਤੇ ਨਾ ਕਿਤੇ ਉਹ ਸੁਰੱਖਿਅਤ ਵੀ ਫੀਲ ਕਰਦਾ, ਅਤੇ ਇਹ ਕਾਰਨ ਵੀ ਹੈ ਜਿਹੜੇ ਸਮਝਣੇ ਪੈਣਗੇ। ਇਹ ਫਿਜ਼ੀਕਲੀ ਵੀ ਮੰਨਿਆ ਕਿ ਔਰਤ ਜਿਸ ਤਰ੍ਹਾਂ ਮਰਦ ਦੇ ਨਾਲੋਂ ਕਮਜ਼ੋਰ ਹੈ, ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਫਰਕ ਹੈ। ਭਾਵੇਂ ਸਾਡੀਆਂ ਸੈਨਾਵਾਂ ਦੇ ਵਿੱਚ ਜਾਂ ਹੋਰ ਸ਼ੋਭਿਆਂ ਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਹੋ ਰਹੀ ਹੈ, ਪਰ ਕਿਤੇ ਨਾ ਕਿਤੇ ਜਿਵੇਂ ਕੁਦਰਤ ਨੇ ਵੀ ਕਿਤੇ ਥੋੜ੍ਹੀ ਜਿਹੀ ਦਰੈਂਤ ਰੱਖੀ ਹੈ, ਅਤੇ ਉਹ ਦਰੈਂਤ ਜਿਹੜੀ ਮਰਦਾਂ ਨੇ ਜ਼ਿਆਦਾ ਵਧਾ ਲਈ ਹੈ। ਤੁਸੀਂ ਆਉਂਦੇ ਰਹੋ ਜੀ।
ਸਤਿਕਾਰ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਹੈ ਜੀ? ਵਧੀਆ ਜੀ, ਕੌਣ ਬੋਲ ਰਹੇ ਹੋ? ਪ੍ਰੋਗਰਾਮ ਬਹੁਤ ਵਧੀਆ ਜੀ ਤੁਹਾਡਾ, ਤੇ ਉਹ ਮੈਂ ਗੱਲ ਕਰਨੀ ਚਾਹੁੰਦਾ ਸੀਗਾ ਜੀ। ਜੀ ਹੈਲੋ। ਹਾਂਜੀ ਗੱਲ ਕਰੋ ਭਾਅ ਜੀ, ਤੁਹਾਡੀ ਗੱਲ ਹੋ ਰਹੀ ਹੈ ਦੁਨੀਆ ਦੇ ਨਾਲ ਪੂਰੀ ਗਲੋਬਲ ਪੰਜਾਬ ਤੇ, ਕੀ ਗੱਲ ਕਰਨੀ ਚਾਹੁੰਦੇ ਹੋ? ਇਹ ਗੱਲ ਕਰਨੀ ਚਾਹੁੰਦੀ ਸੀ ਔਰਤਾਂ ਬਾਰੇ, ਜਿਹੜਾ ਤੁਸੀਂ ਪ੍ਰੋਗਰਾਮ ਰੱਖਿਆ ਜੀ, ਬਹੁਤ ਵਧੀਆ ਪ੍ਰੋਗਰਾਮ ਹੈ ਤੁਹਾਡਾ ਵੈਸੇ ਜੀ, ਪਰ ਇਹਦੇ ਵਿੱਚ ਤੁਸੀਂ ਨਹੀਂ ਗੱਲ ਮੰਨਦੇ ਕਿਤੇ ਨਾ ਕਿਤੇ, ਔਰਤਾਂ ਵੀ ਥੋੜਾ ਜਿਹਾ ਕਿਤੇ ਨਾ ਕਿਤੇ ਦੋਸ਼ੀ ਹੈਗੀਆਂ ਕਿਤੇ ਨਾ ਕਿਤੇ। ਹਾਂ ਇਹ ਹੈ, ਉਹਨਾਂ ਵੱਲੋਂ ਵੀ ਕਈ ਲਾਪਰਵਾਹੀਆਂ ਨੇ ਜਿਹੜੀਆਂ ਹੋ ਰਹੀਆਂ ਨੇ, ਅਲਗਰਜੀਆਂ ਹੋ ਰਹੀਆਂ ਨੇ, ਮਾਫ ਕਰਨਾ, ਕੁਝ ਕੁ ਲੋਕਾਂ ਵੱਲੋਂ। ਔਰਤ ਜਦੋਂ ਸਿਆਸਤ 'ਚ ਆ ਜਾਂਦੀ ਹੈ ਤੇ ਉਹ ਵੀ ਫਿਰ ਬਹੁਤ ਸਾਰੇ ਮਾਮਲਿਆਂ 'ਚ ਸੰਜੀਦਾ ਨਹੀਂ ਰਹਿੰਦੀ, ਇਸ ਕਰਕੇ ਉਹਨਾਂ ਨੂੰ ਵੀ ਰੋਲ ਮਾਡਲ ਬਣਨ ਦੀ ਜ਼ਰੂਰਤ ਹੈ। ਬਹੁਤ ਬਹੁਤ ਧੰਨਵਾਦ ਜੀ। ਸੋ ਅਗਲੇ ਕਾਲਰ ਦਾ ਸਵਾਗਤ ਹੈ ਜੀ। ਖੈਰ ਕਾਲ ਡਿਸਕਨੈਕਟ ਹੋ ਗਈ ਹੈ। ਸੋ ਕਿਤੇ ਨਾ ਕਿਤੇ ਇਹ ਜਿਹੜੇ ਦਿਨ ਤਿਉਹਾਰ ਨੇ, ਇਹ ਸਾਨੂੰ ਪੜਚੋਲ ਕਰਨਾ ਸਿਖਾਉਂਦੇ ਨੇ, ਸਾਨੂੰ ਇਸ ਦੇ ਬਾਰੇ ਪੜਤਾਲ ਕਰਨ ਦੀ ਜ਼ਰੂਰਤ ਮਹਿਸੂਸ ਕਰਦੇ ਨੇ। ਕਦੇ ਇਕੱਲੇ ਬੈਠ ਕੇ ਸੋਚਿਓ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਕਿੱਥੇ ਕਿੱਥੇ ਔਰਤ ਦੇ ਨਾਲ ਜ਼ਿਆਦਤੀ ਕੀਤੀ ਹੈ। ਮਾਵਾਂ ਦੇ ਬਾਰੇ ਵੀ ਕਿਹਾ ਜਾਂਦਾ, ਮਾਵਾਂ ਅਕਸਰ ਕਹਿ ਦਿੰਦੀਆਂ ਨੇ ਕਿ ਪੁੱਤ ਰਾਜ ਮਲੇਸ਼ ਰਾਜ, ਪਹਿਲਾਂ ਪਿਓ ਦੇ ਅਧੀਨ, ਫਿਰ ਪਤੀ ਦੇ ਅਧੀਨ, ਫਿਰ ਪੁੱਤ ਦੇ ਅਧੀਨ। ਪਰ ਇਹ ਗੱਲ ਵੀ ਨਹੀਂ, ਬਹੁਤ ਸਾਰੀਆਂ ਔਰਤਾਂ ਘਰਾਂ ਦੀਆਂ ਲਾਣੇਦਾਰ ਵੀ ਨੇ, ਖਾਸ ਕਰਕੇ ਤੁਸੀਂ ਮੇਘਾਲਿਆ ਚਲੇ ਜਾਓ, ਉੱਥੇ ਮਾਮੀਆਂ ਨੇ, ਮਾਮਾ ਮਾਮੇ ਵਾਲੇ ਨਹੀਂ, ਉੱਥੇ ਔਰਤ ਨੂੰ ਜਿਵੇਂ ਆਪਣੇ ਬੀਬੀ ਭੈਣ ਕਿਹਾ ਜਾਂਦਾ, ਮੇਘਾਲਿਆ ਦੇ ਵਿੱਚ ਔਰਤ ਨੂੰ ਮਾਮੀ ਕਿਹਾ ਜਾਂਦਾ। ਉੱਥੇ ਜਿਹੜੀ ਘਰ ਦੀ ਛੋਟੀ ਕੁੜੀ ਹੈ ਉਹ ਸਾਰੀ ਜਾਇਦਾਦ ਦੀ ਮਾਲਕ ਹੁੰਦੀ ਹੈ, ਅਤੇ ਘਰ ਦੇ ਮੁੰਡਿਆਂ ਨੂੰ ਜੁਆਈ ਬਣ ਕੇ ਜਿਹੜਾ ਹੈਗਾ ਘਰ ਜੁਆਈ ਬਣ ਕੇ ਆਪਣੇ ਸਹੁਰੇ ਘਰ ਰਹਿਣਾ ਪੈਂਦਾ। ਉੱਥੇ ਇਸ ਤਰ੍ਹਾਂ ਦਾ ਕਲਚਰ ਮੇਘਾਲਿਆ 'ਚ ਚੱਲ ਰਿਹਾ। ਤੁਸੀਂ ਆਉਣਾ ਰਹੋ ਜੀ। ਹਾਂ ਸੋ ਅਲੱਗ ਅਲੱਗ ਖਿੱਤਿਆਂ ਦੀਆਂ ਅਲੱਗ ਅਲੱਗ ਖਾਸੀਅਤਾਂ ਨੇ, ਖਸਲਤਾਂ ਨੇ। ਸੋ ਇਹ ਪੜਚੋਲ ਦਾ ਵਿਸ਼ਾ, ਪਰ ਸ਼ਾਇਦ ਆਪਾਂ ਇਸ ਨੂੰ ਜੇ ਸੁਧਾਰ ਸਕੀਏ। ਤੁਸੀਂ ਆਉਣਾ ਰਹੋ ਜੀ। ਹੈਲੋ, ਕਾਲ ਡਿਸਕਨੈਕਟ ਹੋ ਗਈ ਹੈ ਜੀ। 0175-5156 ਪਟਿਆਲਾ ਸਟੂਡੀਓ ਦਾ ਨੰਬਰ ਹੈ, ਤੁਸੀਂ ਆਉਣਾ ਰਹੋ ਜੀ। ਟੀ ਵੀ 'ਤੇ ਪਲੀਜ਼ ਨਾ ਦੇਖੋ, ਇੱਧਰ ਗੱਲ ਕਰੋ। ਹੈਲੋ, ਹਾਂਜੀ ਸਵਾਗਤ ਜੀ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਵਿਸ਼ੇ 'ਤੇ ਔਰਤਾਂ ਬਾਰੇ? ਵੀਰ ਜੀ, ਆਪਾਂ ਅੱਜ ਤੋਂ 550 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਹੋਰਾਂ ਨੇ ਲੇਡੀ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਸੀ ਜੀ, ਜਿਵੇਂ ਤੁਸੀਂ ਪਹਿਲਾਂ ਵੀ ਦੱਸ ਰਹੇ ਹੋ, ਤੇ ਪ੍ਰੰਤੂ ਆਪਾਂ ਅੱਜ ਵੀ ਸਾਡਾ ਪੂਰਾ ਭਾਵੇਂ ਆਪਾਂ ਸਿੱਖ ਕੌਮ ਨਾਲ ਸਾਰੇ ਤਾਲੁਕਾਤ ਰੱਖਦੇ ਹਾਂ ਆਪਾਂ, ਪਰ ਆਪਾਂ ਵੀ ਉਹਨਾਂ ਦੀ ਜੋ ਉਹਨਾਂ ਦੀ ਸਿੱਖਿਆ ਆਪਾਂ ਉਹਨਾਂ ਦੇ ਨਹੀਂ ਚੱਲ ਰਹੇ। ਤੇ ਇੱਕ ਮੈਂ ਹੋਰ ਗੱਲ ਵੇਖੀ ਹੈ, ਜਿਵੇਂ ਹੁਣ ਜਿਹੜੀ ਲੇਡੀ ਦੇ ਘਰ ਬੱਚੀ ਪੈਦਾ ਹੋ ਜਾਂਦੀ ਹੈ, ਜੋ ਜੋ ਜੈਂਟਸ ਹੈ, ਜੋ ਪੁਰਸ਼ ਹੈ ਜਿਹੜਾ, ਉਹ ਸੁਣਾ ਵੀ ਉਹ ਤਾਂ ਉਹਨਾਂ ਸੁਣਾ ਵੀ ਦੁੱਖ ਮਹਿਸੂਸ ਕਰ ਰਿਹਾ ਜਿਹਨੇ ਲੇਡੀ ਕਰਦੀ ਹੈ। ਇੱਕ ਵਾਰੀ ਕੋਈ ਲੇਡੀ ਦੀ ਗੱਲ ਸੁਣਾ ਰਹੀ ਸੀ ਬੰਗਲਾ ਸਾਹਿਬ ਦੀ। ਹੈਲੋ, ਹਾਂਜੀ ਹਾਂਜੀ, ਉਹ ਕਹਿੰਦੇ ਵੀ ਇੱਕ ਜੋੜਾ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਵੀ ਅਰਦਾਸ ਕਰਾਉਣ ਗਿਆ ਆਪਣਾ ਗੁਰਦੁਆਰਾ ਸਾਹਿਬ, ਕਿ ਸਾਡੇ ਘਰ ਕੋਈ ਮੁੰਡਾ ਹੋਵੇ, ਤੇ ਜਿਹੜੇ ਲੇਡੀ ਸੀ ਉਹ ਕਹਿੰਦੇ ਵੀ ਤੁਸੀਂ ਅਰਦਾਸ ਆਪ ਹੀ ਕਰ ਲਓ। ਉਹ ਕਹਿੰਦੇ ਨਹੀਂ ਸੀ, ਬਾਬਾ ਜੀ ਤਾਂ ਕਰਾਉਣੀ ਹੈ। ਤੇ ਜਦੋਂ ਫਿਰ ਉਹਨਾਂ ਨੇ ਕਿਹਾ ਵੀ ਜਦੋਂ ਬਾਬਾ ਜੀ ਦੇ ਕਰਾਉਂਗੇ, ਇੱਕ ਬਾਬਾ ਜੀ ਕੋਲ ਤਾਂ 3 ਬੇਟੀਆਂ ਨੇ, ਇੱਕ ਕੋਲ 2 ਬੇਟੀਆਂ ਨੇ, ਵੀ ਦੱਸੋ ਕਿਹੜੇ ਤਾਂ ਕਰਾਉਣੀ ਹੈ। ਅੱਛਾ ਜੀ, ਆਪਾਂ ਹਜੇ ਵੀ ਆਪਾਂ ਇਹ ਸਮਝੋ ਵੀ ਜੋ ਬਾਬਾ ਦੇ ਜੋ ਅਕਾਲ ਪੁਰਖ ਹੈ ਜਾਂ ਗੁਰੂ ਨਾਨਕ ਦੇਵ ਜੀ ਉਹਨਾਂ ਨੇ, ਉਹਨਾਂ ਦੇ ਘਰ ਤਾਂ ਕੋਈ ਮੁੰਡੇ ਕੁੜੀ ਚ ਫਰਕ ਹੀ ਨਹੀਂ ਹੈਗਾ, ਆਪਾਂ ਹੀ ਸਾਡੇ ਚੁੱਕ ਫਿਰ ਅਰਦਾਸ ਕਰਵਾਉਣ ਲੱਗ ਜਾਂਦੇ ਹਾਂ। ਸੋ ਸਾਰਿਆਂ ਨੂੰ ਇਹ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜੀ। ਬਿਲਕੁਲ ਜੀ, ਉਹ ਗੰਢਾ ਅਤੇ ਮਿੱਸੀ ਰੋਟੀ ਸਾਡੇ ਵੀ ਕਈ ਗੁਰੂ ਘਰਾਂ 'ਚ ਖੁਆਈ ਜਾਂਦੇ ਆ, ਹੈ ਨਾ, ਬਾਬਾ ਬੁੱਢਾ ਜੀ ਦਾ ਨਾਂ ਲੈ ਕੇ। ਸੋ ਇਹ ਚੀਜ਼ਾਂ ਨੇ, ਸਾਰਾ ਜੈਨੇਟਿਕ ਚੀਜ਼ਾਂ ਨੇ, ਐਕਸ ਵਾਈ ਕ੍ਰੋਮੋਸੋਮੋ ਦੀ ਕਹਾਣੀ ਹੈ ਸਾਰੀ, ਪਰ ਫਿਰ ਵੀ ਇਹ ਚੀਜ਼ਾਂ ਜਿਹੜੀਆਂ ਧਰਮ ਦੇ ਆਧਾਰ 'ਤੇ ਭਾਰੂ ਪੈ ਰਹੀਆਂ ਨੇ, ਮੰਨਣਾ ਪਵੇਗਾ। ਧਰਮ ਦੇ ਵਿੱਚ ਜਿਹੜੇ ਅਖੌਤੀ ਪ੍ਰੀਚਰ ਨੇ, ਪੰਡਿਤ ਨੇ, ਭਾਈ ਨੇ, ਮੁਲਾਣੇ ਨੇ, ਉਹਨਾਂ ਨੇ ਵੀ ਇਸ ਚੀਜ਼ ਨੂੰ ਵਧਾਵਾ ਦਿੱਤਾ। ਧਰਮ ਦੇ ਵਿੱਚ ਇਹਨਾਂ ਚੀਜ਼ਾਂ ਦਾ ਮਿਸਯੂਜ਼ ਕਰਨ ਵਾਲੇ ਵੀ ਇਹ ਲੋਕ ਨੇ, ਜਿਨ੍ਹਾਂ ਦੀਆਂ ਦੁਕਾਨਦਾਰੀਆਂ ਇਸ ਤਰ੍ਹਾਂ ਦੇ ਕੂੜ ਦੇ ਬਿਨਾਂ 'ਤੇ ਚੱਲਦੀਆਂ ਨੇ, ਉਹ ਵੀ ਸਾਡਾ ਮਾਇੰਡ ਵਾਸ਼ ਕਰਦੇ ਨੇ, ਪਲੀਤ ਕਰਦੇ ਨੇ। ਤੁਸੀਂ ਆਉਣਾ ਰਹੋ ਜੀ। ਸੋ ਦੋਸਤੋ, ਇਸ ਦੇ ਨਾਲ ਹੀ ਅੱਜ ਦੇ ਵਿਸ਼ੇ 'ਤੇ ਕਾਫੀ ਚਰਚਾ ਹੋਈ, ਸਾਡੀ ਭੈਣ ਰਾਣੀ ਨੇ ਬਹੁਤ ਜਜ਼ਬਾਤੀ ਗੱਲਾਂ ਕੀਤੀਆਂ, ਜ਼ਰੂਰ ਅਸੀਂ ਉਸ ਨੂੰ ਆਪਣੀ ਜ਼ਹਿਨੀਅਤ 'ਤੇ ਭਾਰੂ ਕਰੀਏ। ਜੇ ਇਸ ਤਰ੍ਹਾਂ ਅਸੀਂ ਆਪਣੀਆਂ ਮਾੜੀਆਂ ਆਦਤਾਂ
ਨਹੀਂ ਛੱਡਾਂਗੇ ਤਾਂ ਕੱਲ੍ਹ ਨੂੰ ਇਸ ਤਰ੍ਹਾਂ ਦਾ ਦਰਦ ਸਾਡੀਆਂ ਆਪਣੀਆਂ ਬੱਚੀਆਂ ਮਾਵਾਂ ਭੈਣਾਂ ਵੀ ਬਿਆਨ ਕਰਨਗੀਆਂ, ਆਪਣੇ ਤਨ 'ਤੇ ਹੰਢਾਉਣਗੀਆਂ। ਸੋ ਇਸ ਤੋਂ ਜਿਹੜੀ ਹੈ ਲੂੰ ਕੰਡੇ ਕਰਨ ਖੜ੍ਹੇ ਕਰਨ ਵਾਲੀ ਜਿਹੜੀ ਗੱਲਬਾਤ ਸੀ ਭੈਣ ਰਾਣੀ ਦੀ, ਸਾਨੂੰ ਸੁਚੇਤ ਕਰ ਗਈ ਹੈ ਕਿ ਅਸੀਂ ਘੱਟੋ ਘੱਟ ਆਪਣਾ ਜਿਹੜਾ ਸੁਭਾਅ 'ਚ ਸੋਚ ਦੇ ਵਿੱਚ ਜਿਹੜਾ ਨਕਾਰਾਤਮਕ ਪੱਖ ਹੈ, ਕਮੀਣਾਪਣ ਹੈ, ਉਸ ਨੂੰ ਦੂਰ ਕਰੀਏ। ਸੋ ਇਸ ਦੇ ਨਾਲ ਹੀ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਤੋਂ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਚਾਹਾਂਗਾ। ਅਗਲੇ ਹਫ਼ਤੇ ਫਿਰ ਮਿਲਾਂਗੇ ਭਾਰਤੀ ਸਮੇਂ ਮੁਤਾਬਕ ਮੰਗਲਵਾਰ ਨੂੰ, ਪਰ ਸਮਾਂ ਜਿਹੜਾ ਇੱਕ ਘੰਟੇ ਸਵਖਤੇ ਹੋਵੇਗਾ ਹੁਣ ਦੇ ਨਾਲੋਂ, 6 ਤੋਂ 7 ਵਜੇ ਤੱਕ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸਵੇਰੇ ਸਵੇਰੇ ਮਿਲਾਂਗੇ। ਦਿਓ ਆ ਗਿਆ, ਧੰਨਵਾਦ, ਸਤਿ ਸ਼੍ਰੀ ਅਕਾਲ। ਮਨੋਰੰਜਨ ਭਰਪੂਰ ਜਾਣਕਾਰੀ ਲਈ ਸਾਡੇ ਚੈਨਲ ਪੰਜਾਬੀ ਦੇ ਆਫੀਸ਼ੀਅਲ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਸਭ ਤੋਂ ਪਹਿਲਾਂ ਵੀਡੀਓ ਦੇਖਣ ਲਈ ਬੈਲ ਆਈਕਨ ਵਾਲੇ ਬਟਨ 'ਤੇ ਕਲਿੱਕ ਕਰੋ।